ਦੇਸ਼ ਪ੍ਰਦੇਸ਼ ਸ਼ੋਅ ਦੇ ਵਿੱਚ ਜੁੜੇ ਨੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਵਿਦੇਸ਼ ਜਾਣ ਦੇ ਚਾਹਵਾਨ ਸਾਡੇ ਨਾਲ ਜੁੜੇ ਰਹਿਣਗੇ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ, ਨਿਊਜ਼ੀਲੈਂਡ ਦੀ। ਰਿਜ਼ਲਟ ਆਇਆ ਜਿਨ੍ਹਾਂ ਦੇ ਬੈਂਡ ਘੱਟ ਆਏ ਨੇ, ਐਲੀਜੀਬਿਲਟੀ ਨਹੀਂ ਬਣੀ ਵਿਦੇਸ਼ ਜਾਣ ਦੀ। ਨਿਰਾਸ਼ ਨਹੀਂ ਹੋਣਾ, ਉਹਨਾਂ ਬੱਚਿਆਂ ਲਈ ਅਸੀਂ ਆਪਸ਼ਨ ਦੱਸਾਂਗੇ ਕਿਵੇਂ ਕਿਵੇਂ ਉਹ ਕੈਨੇਡਾ ਜਾ ਸਕਦੇ ਨੇ ਜਾਂ ਨਿਊਜ਼ੀਲੈਂਡ ਜਾ ਸਕਦੇ ਨੇ ਜਾਂ ਹੋਰ ਦੇਸ਼ਾਂ 'ਚ ਜਾ ਸਕਦੇ ਨੇ। ਪਲੀਜ਼ ਕਿਸੇ ਵੀ ਬਹਿਕਾਵੇ 'ਚ ਆ ਕੇ ਜਾਂ ਪਰਸੈਂਟੇਜ ਨੂੰ ਲੋਅ ਨੂੰ ਦੇਖ ਕੇ ਜਾਂ ਕਿਸੇ ਵੀ ਕਾਰਨ ਬੈਂਡ ਘੱਟ ਨੂੰ ਦੇਖ ਕੇ ਕਿ ਹੁਣ ਮੇਰਾ ਕਿਤੇ ਨਹੀਂ ਬਣਨਾ, ਛੋਟੇ ਜਿਹੇ ਦੇਸ਼ ਚਲੇ ਜਾਓ ਜਿੱਥੇ ਕੋਈ ਤੁਹਾਡਾ ਮੁੱਲ ਨਹੀਂ ਪੈਣਾ, ਐਸੀ ਕੋਈ ਸਿਲੈਕਸ਼ਨ ਨਹੀਂ ਕਰਨੀ। ਤੁਸੀਂ ਹਲੇ ਸ਼ੋਅ ਦੇਖਦੇ ਰਹੋ ਮਹੀਨਾ ਕੁ, ਅਸੀਂ ਕਾਫੀ ਸਾਰੀਆਂ ਆਪਸ਼ਨਸ ਉਹਨਾਂ ਬੱਚਿਆਂ ਲਈ ਵੀ ਲੈ ਕੇ ਆਏ ਹਾਂ ਜਿਨ੍ਹਾਂ ਦਾ ਗੈਪ ਹੋ ਗਿਆ, ਇਸ ਨਵੇਂ ਰਿਜ਼ਲਟ ਦੇ ਵਿੱਚ ਬੈਂਡ ਘੱਟ ਗਏ ਨੇ ਜਾਂ ਇਸ ਨਵੇਂ ਰਿਜ਼ਲਟ ਦੇ ਵਿੱਚ ਪਰਸੈਂਟੇਜ ਘੱਟ ਆਈ ਹੈ ਅਕੈਡਮਿਕ। ਉਹ ਬੱਚੇ ਨਿਰਾਸ਼ ਹੋ ਗਏ, ਕਿਸੇ ਛੋਟੇ ਮੋਟੇ ਦੁਬਈ ਵਰਗੇ ਦੇਸ਼ਾਂ ਵੱਲ ਨਹੀਂ ਤੁਰ ਪੈਣਾ। ਉਹਨਾਂ ਲਈ ਵੀ ਕਾਫੀ ਸਾਰੀਆਂ ਨਵੀਆਂ ਯੂਰਪ ਦੀਆਂ ਆਪਸ਼ਨਸ ਆ ਰਹੀਆਂ ਨੇ, ਭਾਵੇਂ USA ਦੀ ਐਡਵਰਟੀਜ਼ਮੈਂਟ ਗਲਤ ਪ੍ਰਸਾਰਿਤ ਹੋ ਰਹੀ ਹੈ ਕਾਫੀ ਜਗ੍ਹਾ ਤੋਂ, ਪਰ USA ਦੀ ਵੀ ਇੱਕ ਚੰਗੀ ਆਪਸ਼ਨ ਹੈ ਉਹ ਚੰਗੇ ਏਜੰਟਸ ਦੇ ਥਰੂ ਔਰ ਚੰਗੇ ਕੋਰਸਿਸ ਔਰ ਕਾਲਜਸ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਕੈਨੇਡਾ ਹੈਗਾ, ਜੇ ਬੱਚੇ ਦਾ ਨਹੀਂ ਬਣ ਪਾ ਰਿਹਾ, ਜਰਨਲ ਦੇ ਵਿੱਚ ਟਰਾਈ ਕੀਤੀ ਜਾ ਸਕਦੀ ਹੈ। ਸੋ ਇਹ ਜ਼ਰੂਰ ਹੈ ਕਿ ਬੱਚੇ ਦਾ ਨੁਕਸਾਨ ਫਾਈਨੈਂਸ਼ਲੀ ਹੋਏਗਾ, ਪਰ ਤੁਸੀਂ ਟਰਾਈ ਲੈ ਸਕਦੇ ਹੋ। ਪਰ ਇਹਦੇ ਨਾਲੋਂ ਬਿਹਤਰ ਹੈ ਕਿ ਕਿਸੇ ਐਸੇ ਦੇਸ਼ 'ਚ ਚਲੇ ਜਾਓ ਜਿੱਥੇ ਪਹੁੰਚਣ ਦੇ ਬਾਵਜੂਦ ਵੀ ਕੋਈ ਜ਼ਿੰਦਗੀ ਚੰਗੀ ਜਿਹੜੀ ਹੈਗੀ ਹੈ ਉਹ ਨਹੀਂ ਗੁਜ਼ਰ ਸਕਦੀ। ਸੋ ਸ਼ੁਰੂਆਤ ਕਰਾਂਗੇ ਅਸੀਂ, ਕਾਫੀ ਸਾਰੇ ਟੋਪਿਕ ਨੇ USA ਤੋਂ। ਮੇਰੇ ਨਾਲ ਨੇ ਰੈਫਲਸ ਯੂਨੀਵਰਸਿਟੀ ਤੋਂ ਅੱਜ ਫਿਰ ਸਵਰਨ ਸੰਧੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਸ਼ੁਰੂਆਤ ਕਰੂੰਗਾ ਮੈਂ ਅੱਜ, ਮੈਂ ਜਿਵੇਂ ਭੂਮਿਕਾ 'ਚ ਜ਼ਿਕਰ ਕੀਤਾ USA ਨੂੰ ਬਹੁਤ ਪ੍ਰਮੋਟ ਕੀਤਾ ਜਾ ਰਿਹਾ, ਉਹਦਾ ਕਾਰਨ ਮੇਰੇ ਖਿਆਲ ਬੱਚੇ ਵੀ ਭਲੀ ਭਾਂਤੀ ਜਾਣਦੇ ਨੇ, ਤੁਸੀਂ ਵੀ ਜਾਣਦੇ ਔਰ ਮੈਂ ਵੀ ਜਾਣਦਾ ਕਿ ਪੋਜੀਸ਼ਨ ਇਸ ਵਕਤ ਆਸਟ੍ਰੇਲੀਆ ਦੀ ਟਾਈਟ ਹੈ, ਨਿਊਜ਼ੀਲੈਂਡ ਦੀ ਟਾਈਟ ਹੈ। ਰੋਜ਼ੀ ਰੋਟੀ ਕਮਾਉਣ ਵਾਸਤੇ, ਆਪਣੇ ਦਫ਼ਤਰਾਂ ਦੇ ਕਿਰਾਏ ਕੱਢਣ ਵਾਸਤੇ, ਆਪਣੇ ਸਟਾਫ ਨੂੰ ਪੈਸੇ ਦੇਣ ਵਾਸਤੇ ਹੁਣ ਇੱਧਰ ਨੂੰ ਤੁਰ ਪਏ ਕਿ ਵੀਜ਼ਾ ਲੱਗੇ ਨਾ ਲੱਗੇ 10-20 ਹਜ਼ਾਰ ਰੁਪਏ ਦਾ ਬੱਚੇ ਤੋਂ ਬਣਾ ਲਈਏ। ਇਹ ਵੀ ਇੱਕ ਸੱਚ ਹੈ ਕਿ ਵੀਜ਼ਾ USA ਦਾ ਲੱਗਦਾ ਔਰ ਚੰਗੀਆਂ ਕੰਪਨੀਆਂ ਲਵਾ ਵੀ ਰਹੀਆਂ ਨੇ, ਪਰ ਜਿੰਨੀ ਐਡਵਰਟੀਜ਼ਮੈਂਟ ਇਸ ਵਕਤ ਛਪ ਰਹੀ ਹੈ, ਪ੍ਰਸਾਰਿਤ ਹੋ ਰਹੀ ਹੈ, ਨਸ਼ਰ ਹੈ, TV ਅਖਬਾਰਾਂ, ਰੇਡੀਓ 'ਤੇ ਬੋਲਿਆ ਜਾ ਰਿਹਾ, ਇੰਨਾ ਵੀ ਕੋਈ USA ਖੁੱਲਿਆ ਨਹੀਂ ਕਿ ਬੰਦ ਹੋਏਗਾ ਸੀ, ਪਹਿਲਾਂ ਜਿੰਨਾ ਵੀਜ਼ਾ ਸਕਸੈਸ ਰੇਟ ਆ ਰਿਹਾ। ਕੱਲ੍ਹ ਦੀ ਇੱਕ ਤਾਜ਼ਾ ਰਿਪੋਰਟ ਜਿਹੜੀ ਮੇਰੇ ਖਿਆਲ USA ਨੇ ਨਸ਼ਰ ਕੀਤੀ ਹੈ ਕਿ 1,04,000 ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਤਕਰੀਬਨ ਗਈਆਂ ਸੀਗੀਆਂ, ਜਿਹਦੇ ਵਿੱਚੋਂ 3,900 ਵੀਜ਼ਾ ਜਿਹੜਾ ਹੈਗਾ ਵੰਡਿਆ ਗਿਆ ਹੈਗਾ। ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਕੁ ਪਰਸੈਂਟ ਜਿਹੜਾ ਵੀਜ਼ਾ ਆਇਆ ਹੈਗਾ, ਕੀ ਕਹਿਣਾ ਚਾਹੁੰਦੇ ਹੋ? ਐਡਸ ਆਉਂਦੇ ਨੇ ਨਾ ਜੀ, ਸੰਧੂ ਭਾਅ ਜੀ ਨੇ ਗੱਲ ਕੀਤੀ ਖੁੱਲ੍ਹ ਗਿਆ USA ਖੁੱਲ੍ਹ ਗਿਆ, USA ਖੁੱਲ੍ਹ ਗਿਆ ਤਾਂ ਨਾ ਐਂ ਏਜੰਟਸ ਬੋਲਦੇ ਨੇ ਜਿਵੇਂ ਨਾ ਕੋਟਕਪੂਰੇ ਦਾ ਫਾਟਕ ਖੁੱਲ੍ਹਿਆ ਹੁੰਦਾ ਵੀ USA ਖੁੱਲ੍ਹ ਗਿਆ। USA ਬੰਦ ਕਦੋਂ ਹੋਇਆ ਸੀ ਵੀ USA ਖੁੱਲ੍ਹਿਆ? ਕਦੇ ਵੀ ਬੰਦ ਨਹੀਂ ਹੋਇਆ ਸੀਗਾ USA ਤਾਂ, ਕੁਛ ਨਹੀਂ ਖੁੱਲ੍ਹਿਆ। ਭਾਅ ਜੀ ਨੇ ਸਹੀ ਕਿਹਾ, ਐਕਚੁਅਲ ਦੇ ਵਿੱਚ ਪਿਛਲੇ ਸਾਲ ਦੀ ਜਿਹੜੀ US ਨੇ ਅੰਬੈਸੀ ਨੇ ਰਿਪੋਰਟ ਕੱਢੀ ਆ, ਕੈਲਕੂਲੇਸ਼ਨ ਇੱਕ ਵਾਰ ਚੈੱਕ ਕਰਿਓ, 90,000 ਵੀਜ਼ਾ ਅਪਲਾਈ ਹੋਇਆ ਅਤੇ 4,000 ਵੀਜ਼ਾ ਮਿਲਿਆ। ਰੇਸ਼ੋ ਅਗਰ ਤੁਸੀਂ ਇਹਦੀ ਪਰਸੈਂਟੇਜ ਕੱਢੋਗੇ ਨਾ, 4.5 ਆ ਗਈ ਹੈ ਜੀ। ਤੁਸੀਂ ਦੇਖੋ ਕਿੰਨੀ ਜ਼ਿਆਦਾ, ਅਗਰ ਇੱਕ ਨਾ ਵਧੀਆ ਤੋਂ ਵਧੀਆ ਸਕੂਲ ਦਾ ਰਿਜ਼ਲਟ ਆਉਂਦਾ ਤਾਂ 97-98% 90% ਰਿਜ਼ਲਟ ਆਉਂਦਾ, ਘਟੀਆ ਤੋਂ ਇਹਦੇ ਵੀ ਨਾ 60-70% ਰਿਜ਼ਲਟ ਆਉਂਦਾ। ਹੁਣ ਨਾ ਤੁਸੀਂ ਇੱਕ ਸੋਚਿਓ ਇਹ ਗੱਲ ਵੀ ਇਹਦਾ ਮਤਲਬ ਕੀ ਹੋਇਆ ਵੀ 90,000 ਨੇ ਅਗਰ ਅਪਲਾਈ ਕੀਤਾ ਤਾਂ 4,000 ਵੀਜ਼ਾ ਮਿਲਿਆ। ਇਹਦੇ ਦੋ ਗੱਲਾਂ ਨੇ, ਦੋ ਪਹਿਲੂ ਨੇ। ਪਹਿਲਾ ਪਹਿਲੂ ਇਹ ਹੈ ਜੀ ਕਿ ਤੁਹਾਡੇ 90,000 ਦਾ ਵੀਜ਼ਾ ਲੱਗਿਆ ਚਾਹੇ ਨਹੀਂ ਲੱਗਿਆ, USA ਅੰਬੈਸੀ ਦੇ ਕੋਲ 100 ਕਰੋੜ ਰੁਪਇਆ ਬਣ ਗਿਆ। ਬਿਲਕੁਲ ਠੀਕ ਹੈ, ਠੀਕ ਹੈ ਜੀ। ਏਜੰਟਾਂ ਕੋਲ ਵੀ ਬਣ ਗਿਆ, ਏਜੰਟਾਂ ਕੋਲ ਤਾਂ ਚਲੋ ਖੈਰ, ਹਾਂਜੀ ਏਜੰਟਾਂ ਕੋਲ ਤਾਂ 200 ਕਰੋੜ ਬਣ ਗਿਆ ਜੀ, ਕਿਉਂਕਿ USA ਅੰਬੈਸੀ ਨੇ ਤਾਂ 10,000 11,000 ਰੁਪਇਆ ਲਿਆਊਗਾ ਤੁਹਾਡੇ ਤੋਂ। ਜੇ 20-20 ਹਜ਼ਾਰ ਰੁਪਇਆ ਵੀ ਲਿਆ ਹੋਵੇ ਤਾਂ 200 ਕਰੋੜ ਤੁਹਾਡਾ ਏਜੰਟਾਂ ਕੋਲ ਬਣ ਗਿਆ, ਮਤਲਬ 300 ਕਰੋੜ ਰੁਪਇਆ। ਇੱਕ ਵਾਰ ਸੋਚ ਕੇ ਦੇਖੋ, 1,00,000 ਨਾ ਰੋੜੇ ਇਕੱਠੇ ਕਰਨੇ ਹੋਣ ਨਾ, ਇੱਕ ਦਿਨ ਨਹੀਂ ਇੱਕ ਹਫ਼ਤੇ ਵਿੱਚ ਨਾ ਇਕੱਠੇ ਹੋਣ, 300 ਕਰੋੜ ਇੱਦਾਂ ਉੱਡ ਗਿਆ। ਰੇਸ਼ੋ ਨੂੰ ਅਗਰ ਤੁਸੀਂ ਕੈਲਕੂਲੇਟ ਕਰੋਗੇ ਵੀ ਇਹਦਾ ਮਤਲਬ ਕੀ ਸੀ, ਅਗਰ 90,000 ਨੇ ਅਪਲਾਈ ਕੀਤਾ, ਜੇ 50-60 ਹਜ਼ਾਰ ਨੂੰ ਤਾਂ ਮਿਲਣਾ ਹੀ ਚਾਹੀਦਾ ਸੀਗਾ ਜੇ ਸਹੀ ਤਰੀਕੇ ਨਾਲ ਕਿਤੇ ਏਜੰਡਾ ਦੇ ਥਰੂ ਕੀਤਾ ਹੁੰਦਾ, ਜਿਹਨੂੰ ਆਪਾਂ ਲੱਕ ਦੇ ਨਾਲ ਵੀ ਖੇਡਦੇ ਵੀ ਅੱਧਿਆਂ ਦਾ ਲੱਗ ਗਿਆ ਅੱਧਿਆਂ ਦਾ ਨਹੀਂ ਲੱਗਿਆ, ਬਟ 4% ਦਾ ਵੀ 100 ਬੱਚਾ ਅਪਲਾਈ ਕਰਦਾ ਉਹਦੇ 'ਚੋਂ 4 ਦਾ ਵੀਜ਼ਾ ਲੱਗਦਾ ਅਤੇ ਮਤਲਬ 96 ਨੂੰ ਠੱਗੀ ਵੱਜ ਰਹੀ ਹੈ। ਸੋ ਆਹ ਵਾ ਜੀ ਸਿਸਟਮ। ਇੱਕ ਨਾ ਪਹਿਲਾਂ ਹੁੰਦਾ ਕੀ ਸੀਗਾ ਬੇਸਿਕਲੀ ਕਿ ਬੱਚੇ ਨੂੰ ਜਦੋਂ ਮਾਂ ਨੇ ਬੱਚੇ ਨੂੰ ਖਿਡਾਉਣਾ ਹੁੰਦਾ ਸੀ ਨਾ, ਉਹ ਸਾਡੇ ਅੱਜ ਕੱਲ੍ਹ ਤਾਂ ਮਾਡਰਨ ਆ ਸਾਰਾ ਕੁਝ, ਸਾਡੇ ਟਾਈਮ ਦਾ ਲੱਕੜ ਦੇ ਹੀ ਖਿਡਾਉਣੇ ਹੁੰਦੇ ਸੀਗੇ, ਉਹ ਸਾਰੇ ਖਿਡਾਉਣੇ ਛੋਟੇ ਛੋਟੇ ਜਿਹੇ ਲੱਕੜ ਦੇ ਬਣੇ ਹੁੰਦੇ ਸੀ, ਟਰੈਕਟਰ ਟਰਾਲੀਆਂ ਬਾਂਦਰ ਅਤੇ ਹੋਰ ਸਾਰਾ ਕੁਝ। ਉਹਦੇ ਵਿੱਚ ਨਾ ਇੱਕ ਛੋਟਾ ਜਿਹਾ ਇੱਕ ਸਟਿੱਕ ਜਿਹਾ ਡੰਡਾ ਜਿਹਾ ਹੁੰਦਾ ਸੀ, ਉਹਦੇ ਸਾਈਡਾਂ 'ਤੇ ਦੋ ਗੋਲੇ ਗੋਲੇ ਨਾ ਲੋਲੀਪੋਪ 'ਚ ਲੱਗੇ ਹੁੰਦੇ ਸੀ, ਉਹ ਮਹਾਂ ਨਾ ਉਹ ਫੜਾ ਦਿੰਦੀ ਸੀ ਬੱਚੇ ਨੂੰ ਵੀ ਚੁੱਪੀ ਚੱਲ ਬੈਠਾ, ਪਤਾ ਲੱਗਦਾ ਉਹ 'ਚੋਂ ਨਿਕਲਣਾ ਕੁਛ ਹੈਗਾ ਨਹੀਂ। ਉਹ ਥੋੜ੍ਹੀ ਦੇਰ ਹੁੰਦਾ ਕੀ ਕਿ ਥੋੜ੍ਹੀ ਦੇਰ ਬੱਚਾ ਵਿਰਚਦਾ, ਉਹ ਤੋਂ ਬਾਅਦ ਬੱਚਾ ਫਿਰ ਖਿੱਚ ਜਾਂਦਾ ਉਹਦੇ ਵਿੱਚ ਨਿਕਲਦਾ ਤਾਂ ਕੁਛ ਹੈ ਨਹੀਂ, ਉਹ ਫਿਰ ਕੁਛ ਹੋਰ ਟਰੈਕਟਰ ਜਿਹਾ ਫੜਾ ਦਿੰਦੀ ਹੈ, ਫਿਰ ਬੱਚਾ ਖੁਸ਼ ਹੋ ਜਾਂਦੇ ਨਾ। ਉਹ ਅੱਧੇ ਅੱਧੇ ਘੰਟੇ ਬਾਅਦ ਕੋਈ ਨਾ ਕੋਈ ਚੀਜ਼ ਫੜਾਉਂਦੀ ਰਹਿੰਦੀ ਸੀ, ਉਹਦੇ ਨਾਲ ਉਹਦਾ ਕੀ ਚੁੱਲ੍ਹਾ ਚੌਂਕਾ ਨਿਬੜ ਜਾਂਦਾ ਸੀ, ਇੰਨੇ ਨੂੰ ਚਲੋ ਗੱਲ ਨਾਲ ਲਾ ਲੈਂਦੀ ਸੀ ਅਤੇ ਬੱਚਾ ਸੰਭਾਲ ਲਿਆ ਗਿਆ। ਹੁਣ ਏਜੰਟਸ ਕੀ ਕਰਦੇ ਆ, 3-4 ਮਹੀਨੇ ਬਾਅਦ ਉਵੇਂ ਨੇ ਤੁਹਾਡੀ ਮਾਂ ਵਾਲਾ ਹੀ ਸਲੂਕ ਕਰਦੇ ਆ ਤੁਹਾਡੇ ਨਾਲ, ਥੋੜ੍ਹੀ ਦੇਰ ਬਾਅਦ ਇੱਕ ਤੁਹਾਨੂੰ ਕਦੇ ਕੋਈ ਲੋਲੀਪੋਪ ਜਿਹਾ ਫੜਾ ਦਿੰਦੇ ਨੇ,
ਹੁਣ ਵਿਦਆਊਟ ਵਿਦ ਆਇਲਟਸ ਅਮਰੀਕਾ ਜਾਣ ਲੱਗ ਗਏ ਜੀ, ਹੁਣ ਵਿਦਆਊਟ ਆਇਲਟਸ ਅਮਰੀਕਾ ਜਾਣ ਲੱਗ ਗਏ, ਹੁਣ ਤੁਸੀਂ ਕੈਨੇਡਾ ਸਾਡੇ ਪੰਜ ਬੈਂਡ ਨਾਲ ਚੱਲੇ ਜਾਓ, ਹੁਣ ਤੁਸੀਂ ਆਹ ਵਾਲੀ ਕੰਟਰੀ ਉਹ ਥੋੜੀ ਇੱਕ ਛੁਰਲੀ ਜੀ ਛੱਡਣੀ ਆ ਥੋੜੀ ਦੇਰ ਬਾਅਦ, ਕਿਉਂਕਿ ਹੁਣ 3 ਕੁ ਮਹੀਨੇ ਬਾਅਦ ਤੁਸੀਂ ਵੀ ਅੱਕ ਜਾਂਦੇ ਹੋ ਇੱਕ ਇੱਕ ਚੀਜ਼ ਤੋਂ, ਤੁਹਾਨੂੰ ਪਤਾ ਵੀ ਲੱਗ ਜਾਂਦਾ ਹੈ ਵੀ ਇਹ ਕੁਝ ਹੋ ਤਾਂ ਰਿਹਾ ਨਹੀਂ, ਇਹਦੇ ਵਿੱਚੋਂ ਨਿਕਲਦਾ ਰਿਹਾ ਨਹੀਂ ਕੁਝ, ਫਿਰ ਕੁਝ ਨਵਾਂ ਛੱਡਣ ਆਸਟ੍ਰੇਲੀਆ ਵਾਲੇ ਅਪਲਾਈ ਕਰਨ ਲੱਗੇ ਜੀ ਯੂਐਸਏ। ਹਾਂਜੀ ਆਸਟ੍ਰੇਲੀਆ ਜੇ ਕਹਿੰਦੇ ਜੀ ਮੇਰਾ 6 ਮਹੀਨੇ ਹੋ ਗਏ, ਇੱਕ ਬੱਚਾ ਕੱਲ ਮਿਲਿਆ ਜੀ, ਕਹਿੰਦੇ ਮੈਨੂੰ ਕੋਈ ਵਧੀਆ ਏਜੰਟ ਦੱਸੋ ਯੂਐਸਏ ਦਾ, ਮੈਂ ਕਿਹਾ ਸਾਰੇ ਹੀ ਵਧੀਆ ਨੇ, ਕਹਿੰਦੇ ਜੀ ਮੇਰਾ 6 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ, ਆਸਟ੍ਰੇਲੀਆ ਵੀਜ਼ਾ ਨਹੀਂ ਆ ਰਿਹਾ, ਹੁਣ ਸੋਚਿਆ ਕਿ ਇੱਧਰ ਚਲੇ ਜਾਈਏ, ਸਾਰੀ ਫਾਈਲ ਅੰਦਰ ਪਈ ਹੈ, ਫੀਸਾਂ ਭਰੀਆਂ ਹੋਈਆਂ ਨੇ, 8-9 ਲੱਖ ਰੁਪਇਆ ਕਾਲਜ ਨੂੰ ਦਿੱਤਾ ਹੋਇਆ, ਉਹ ਦਾਅ ਤੇ ਲੱਗਿਆ ਹੈ, ਨਵਾਂ ਪੈਸਾ ਦਾਅ ਤੇ ਲਾਉਣ ਨੂੰ ਤਿਆਰ ਹੈ ਯੂਐਸਏ ਦੇ ਵਿੱਚ, ਵੇਟ ਕਿਉਂ ਨਹੀਂ ਕਰਦੇ ਏਜੰਟਸ ਦੇ, ਗੱਲ ਕਿਉਂ ਨਹੀਂ ਪੈਂਦੇ ਜਾ ਕੇ ਕਿ 7 ਮਹੀਨੇ ਹੋ ਗਏ, ਜੇ ਨਹੀਂ ਰਿਜ਼ਲਟ ਆ ਰਿਹਾ ਵਿਦਡਰਾਅਲ ਕਰਾ ਕੇ ਫੀਸ ਜਿਹੜੀ ਆਪਣੀ ਫਾਈਲ ਹੈਗੀ ਦੁਬਾਰਾ ਪਾ ਲਓ, ਤੁਹਾਨੂੰ ਨਾ ਤਾਂ ਨਹੀਂ ਕੀਤੀ ਅੰਬੈਸੀ ਨੇ ਹਲੇ, ਅੱਧੇ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਚਲੋ ਨਾ ਹੋਣ ਤੋਂ ਬਾਅਦ ਤਾਂ ਮੈਂ ਕਹਿੰਦਾ ਟਰਾਈ ਲੈ ਸਕਦੇ ਨੇ, ਅੱਧੇ ਤਾਂ ਇੰਨੇ ਕਾਲੇ ਨੇ ਜੀ 3 ਮਹੀਨੇ ਹੋ ਗਏ ਕਿੱਥੇ ਇੰਤਜ਼ਾਰ ਕਰਾਂਗੇ ਜੀ, ਹੁਣ ਯੂਐਸਏ ਖੁੱਲ੍ਹ ਕੇ ਇੱਧਰ ਨੂੰ ਚੱਲ ਪਈ ਹੈ। ਸੋ ਇਸ ਤਰ੍ਹਾਂ ਜਿਹੜੀਆਂ ਗਲਤ ਇਸ਼ਤਿਹਾਰਬਾਜ਼ੀਆਂ ਉਹ 'ਚ ਨਾ ਆਓ, ਯੂਐਸਏ ਪਹਿਲਾਂ ਵੀ ਖੁੱਲ੍ਹਾ ਸੀ, ਅੱਜ ਵੀ ਖੁੱਲ੍ਹਾ, ਆਉਣ ਵਾਲੇ ਸਮੇਂ 'ਚ ਵੀ ਖੁੱਲ੍ਹਾ ਰਹੂਗਾ, ਵੀਜ਼ੇ ਪਹਿਲਾਂ ਵੀ ਲੱਗਦੇ ਸੀ, ਕਿਸ ਦੇ ਲੱਗਦੇ ਸੀ ਉਹ ਤੁਹਾਨੂੰ ਵੀ ਪਤਾ, ਮੇਰੇ ਖਿਆਲ ਕਹਿਣ ਦੀ ਜ਼ਰੂਰਤ ਨਹੀਂ, ਸਿੰਗਾਪੁਰ ਵਾਲੀ ਪ੍ਰੋਫਾਈਲ ਮੇਰੇ ਖਿਆਲ ਯੂਐਸਏ ਨਹੀਂ ਜਾ ਸਕਦੀ। ਹਾਂਜੀ ਮੈਨੂੰ ਇੱਕ ਨਹੀਂ ਜੀ ਗੱਲ ਸਮਝ ਆਈ ਵੀ ਯੂਐਸਏ ਨੂੰ ਤਾਂ ਸਾਡੇ ਲੋਕ ਸਿੰਗਾਪੁਰ ਤੋਂ ਵੀ ਮਾੜਾ ਸਮਝਦੇ ਨੇ, ਮਤਲਬ ਕਹਿਣਗੇ ਜੀ ਯੂਐਸਏ ਹੀ ਲਾ ਦਿਓ, ਕਿੰਨਾ ਪੜ੍ਹੇ ਹੋਏ ਹੋ ਉਹ ਤਾਂ ਜੀ 12ਵੀਂ ਹੈ ਜੀ, 50% 40% ਨਾਲ 6 ਸਾਲ ਦਾ ਗੈਪ ਹੈ, ਯੂਐਸਏ ਲਾ ਦਿਓ, ਆਹ ਨਵਾਂ ਖੁੱਲ੍ਹਿਆ ਜੀ 10 ਸਾਲ ਦਾ ਮਲਟੀਪਲ, 10 ਸਾਲ ਦਾ ਮਲਟੀਪਲ ਜਿਹੜਾ ਵੀਜ਼ਾ ਖੁੱਲ੍ਹਿਆ ਉਹਦਾ ਪਰਪਸ ਪਤਾ ਕੀ ਹੈ, 6 ਮਹੀਨੇ ਦੇ ਵਿੱਚ ਵਾਪਸ ਆਉਣਾ ਪੈਣਾ ਤੁਹਾਨੂੰ ਜਾ ਕੇ, ਮੈਰਿਜ ਨਹੀਂ ਤੁਸੀਂ ਨਹੀਂ ਕਰਾ ਸਕਦੇ, ਵਰਕ ਤੁਸੀਂ ਨਹੀਂ ਕਰ ਸਕਦੇ, ਵਿਜ਼ਟਰ ਵੀਜ਼ਾ ਦੇ ਉੱਪਰ ਕੰਮ ਤੁਸੀਂ ਨਹੀਂ ਉੱਧਰ ਕਰ ਸਕਦੇ, ਜੇ 6 ਮਹੀਨੇ ਦਾ ਵੀਜ਼ਾ ਨਾ ਜੇ 4-5 ਮਹੀਨੇ ਵੀ ਰਹੋਗੇ ਤਾਂ ਤੁਹਾਡੀ ਜੇ ਮਤਲਬ ਮਾੜੀ ਕਿਸਮਤ ਉਹਨੇ ਆਉਂਦੇ ਆਉਂਦਿਆਂ ਨੇ ਵੀਜ਼ਾ ਰਿਜੈਕਟ ਕਰਕੇ ਭੇਜਣਾ, ਕਿੰਨੇ ਇਹੋ ਜਿਹੇ ਕੇਸ ਹੋ ਚੁੱਕੇ ਨੇ। ਖੈਰ ਚਲੋ ਇਹ ਤਾਂ ਮੇਰਾ ਟੌਪਿਕ ਨਹੀਂ ਹੈ ਜੀ, ਮੇਰਾ ਤਾਂ ਮੈਂ ਤਾਂ ਦੇਖੋ ਮੈਂ ਚੌਂਕੀਦਾਰ ਹਾਂ, ਮੈਂ ਬੋਲਦਾ ਰਹਿੰਦਾ, ਮੈਂ ਹੋਕਾ ਦਿੰਦਾ ਰਹਿੰਦਾ, ਮੈਂ ਪੁੱਛਦਾ ਰਹਿੰਦਾ ਵੀ ਪੰਜਾਬੀ ਉਹ ਜਾਗਦੇ ਕੇ ਸੁੱਤੇ, ਬਾਕੀ ਤੁਹਾਡੀ ਮਰਜ਼ੀ ਹੈ ਜੀ ਜਾਗਣਾ ਕੇ ਸੋਣਾ। ਸੋ ਅਸਲੀ ਸੜਾ ਸੀਗਾ ਸਾਡਾ ਟੌਪਿਕ, ਉਹ ਆਪਾਂ ਸੰਧੂ ਸਾਹਿਬ ਗੱਲ ਕਰਨੀ ਸੀਗੀ ਅੱਜ, ਅਸਲੀ ਟੌਪਿਕ ਮੇਰਾ ਇਹ ਹੈ ਕਿ ਜਿਹੜਾ ਤੁਸੀਂ ਵੀ ਆਫ ਦਾ ਰਿਕਾਰਡ ਮੈਂ ਤੁਹਾਨੂੰ ਸਭ ਗੱਲ ਕਰ ਰਹੇ ਸੀ ਕਿ ਹੁਣ ਰਿਜ਼ਲਟ ਆਏ ਨੇ, ਹਰ ਬੱਚੇ ਹਰ ਤੀਜਾ ਬੱਚਾ ਜਾਂ ਦੂਜਾ ਹੀ ਕਹਿ ਲਓ ਪੰਜਾਬ ਦੇ ਵਿੱਚ ਇਹ ਸੋਚਦਾ ਕਿ ਮੈਂ ਬਾਹਰ ਜਾਣਾ, ਕਿਹੜੇ ਕੰਟਰੀ ਜਾਣਾ, ਕਿਵੇਂ ਜਾਣਾ, ਕਿੱਥੇ ਜਾਣਾ, ਉਹ ਡਿਸਾਈਡ ਕਰ ਲੈਂਦਾ, ਏਜੰਟਸ ਕੋਲ ਚਲੇ ਜਾਂਦਾ। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਕਿ ਪੰਜਾਬ 'ਚ ਪੜ੍ਹਾਈ ਨਹੀਂ ਹੈ, ਕਿ ਪੰਜਾਬ 'ਚ ਰੁਜ਼ਗਾਰ ਨਹੀਂ ਹੈ, ਕਿ ਪੰਜਾਬ 'ਚ ਰਹਿਣ ਦਾ ਮਾਹੌਲ ਨਹੀਂ ਹੈ ਤਾਂ ਵਿਦੇਸ਼ ਚੱਲੇ ਨੇ ਲੋਕ, ਜੇ ਚੱਲੇ ਨੇ ਕੀ ਸਾਰੇ ਬੱਚੇ ਸੈੱਟ ਹੋ ਜਾਣਗੇ, ਕਈ ਬੱਚੇ ਸਿਰਫ ਪੜ੍ਹਨ ਲਈ ਚੱਲੇ ਨੇ, ਕਈ ਬੱਚੇ ਪੱਕੇ ਹੋਣ ਲਈ ਚੱਲੇ ਨੇ, ਕੁਝ ਪਰਿਵਾਰਾਂ ਤੋਂ ਅੱਕੇ ਹੋਏ ਨੇ, ਕਈ ਗਰੀਬੀ ਤੋਂ ਤੰਗ ਨੇ, ਕੁਝ ਸਰਕਾਰਾਂ ਦੇ ਮਾਰੇ ਹੋਏ ਨੇ, ਕੁਝ ਸਮਾਜ ਦੇ ਸਤਾਏ ਹੋਏ ਨੇ, ਹਰ ਇੱਕ ਦਾ ਆਪਣਾ ਆਪਣਾ ਵੱਖਰਾ ਵੱਖਰਾ ਕਾਰਨ ਹੈ। ਹੁਣ ਕਈਆਂ ਨੂੰ ਨਾ ਵੀ ਹੋ ਰਹੀ ਹੈ ਨਿਊਜ਼ੀਲੈਂਡ 'ਚ, ਤੁਸੀਂ ਵੀ ਐਕਸਪਰਟ ਨੂੰ ਨਿਊਜ਼ੀਲੈਂਡ ਦੇ ਇਹ ਵੀ ਲਿਖ ਕੇ ਭੇਜਿਆ ਜਾ ਰਿਹਾ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਤੋਂ ਕਿ ਇਹ ਕੋਰਸ ਇੰਡੀਆ 'ਚ ਅਵੇਲੇਬਲ ਹੈ, ਤੂੰ ਮੇਰੇ ਕੋਲ 5-7 ਲੱਖ ਰੁਪਇਆ ਖਰਚਣ ਆ ਰਿਹਾ, 50,000 ਲੱਖ ਰੁਪਏ 'ਚ ਕੋਰਸ ਇੰਡੀਆ 'ਚ ਹੋ ਜਾਣਾ। ਸੋ ਸਭ ਦੋ ਚੀਜ਼ਾਂ ਹੁਣ ਖੜੀਆਂ ਨੇ, ਜਿਹਨੇ ਜਾਣਾ ਉਹਨਾਂ ਦਾ ਹਟਣਾ ਨਹੀਂ, ਜੇ ਤਾਂ ਭੂਤ ਸਵਾਰ ਹੋ ਗਿਆ ਵਿਦੇਸ਼ ਜਾ, ਜਿਹਨੇ ਇਹ ਸੋਚ ਕੇ ਜਾਣਾ ਵਿਚਾਰੇ ਨੇ ਕਿ ਮੈਂ ਇੰਟਰਨੈਸ਼ਨਲ ਐਜੂਕੇਸ਼ਨ ਲੈਣ ਚੱਲੇ ਹਾਂ, ਉਹਨੂੰ ਇੰਡੀਆ 'ਚ ਵੀ ਮਿਲ ਰਹੀ ਹੈ, ਕਿ ਅੱਜ ਸਾਡਾ ਵਿਦੇਸ਼ ਜਾ ਕੇ ਪੜ੍ਹਨ ਬਿਨਾਂ ਨਹੀਂ ਸਰਦਾ, ਜਾਂ ਉਸ ਤੋਂ ਇਲਾਵਾ ਕੋਈ ਆਪਸ਼ਨ ਹੈ ਸਾਡੇ ਕੋਲ? ਦਰਸ਼ਕੋ ਮੈਂ ਗੱਲ ਕਰਨੀ ਚਾਹ ਰਿਹਾ ਸੀ ਕਿ ਅਗਰ ਆਪਾਂ ਥੋੜ੍ਹਾ ਜਿਹਾ ਬੈਕਗ੍ਰਾਊਂਡ ਜਾਈਏ, ਆਪਣੀ ਐਜੂਕੇਸ਼ਨ ਮਾੜੀ ਨਹੀਂ, ਆਪਾਂ ਆਪਣੀ ਕੰਟਰੀ ਨੂੰ ਇੱਥੇ ਬੈਠ ਕੇ ਆਪਣੀ ਕੰਟਰੀ 'ਚ ਨਿੰਦਦੇ ਨਹੀਂ ਹੈਗੇ, ਮਾੜਾ ਨਹੀਂ ਕਹਿੰਦੇ, ਬਟ ਆਪਾਂ ਨਾ ਇੱਕ ਲੌਜੀਕਲੀ ਫੈਕਟ ਦੇ ਉੱਪਰ ਗੱਲ ਕਰਦੇ ਹਾਂ। ਮੇਰਾ ਬੱਚਿਆਂ ਨੂੰ ਜ਼ਿਆਦਾ ਅੱਜ ਦਾ ਜਿਹੜਾ ਮੇਰਾ ਸ਼ੋਅ ਡੈਡੀਕੇਟਡ ਹੈ ਜੀ, ਮੈਂ ਬੱਚਿਆਂ ਨਾਲ ਗੱਲ ਕਰਨੀ ਚਾਹੁੰਦਾ ਇੰਸਟੇਡ ਆਫ ਬੱਚਿਆਂ ਦੇ ਮਾਂ ਪਿਓ ਨਾਲ। ਬੱਚਿਓ ਤੁਸੀਂ ਮੇਰੀ ਅੱਜ ਗੱਲ ਧਿਆਨ ਨਾਲ ਸੁਣਿਓ ਕਿ ਤੁਸੀਂ ਤੁਹਾਡੇ ਕੋਲ ਸਟਰੀਮ ਕਿਹੜੀਆਂ ਨੇ। ਹੁਣ ਆਪਾਂ ਚਲੋ 10+2 ਦੀ ਗੱਲ ਕਰਦੇ ਹਾਂ, ਇਹਨੂੰ ਅੱਗੇ ਤਾਂ ਗ੍ਰੈਜੂਏਸ਼ਨ ਤੱਕ ਲੈ ਕੇ ਜਾਂਦੇ ਹਾਂ ਜੀ। 10+2 ਤੋਂ ਬਾਅਦ ਸਟਰੀਮ ਆ ਗਈ ਜੀ ਆਇਲਟ, ਆਰਟਸ ਆ ਗਈ ਜੀ, ਕਾਮਰਸ ਆ ਗਈ, ਨੋਨ ਮੈਡੀਕਲ ਅਤੇ ਮੈਡੀਕਲ ਆ ਗਈ ਜੀ। ਇਹ 4 ਮੇਜਰ ਸਟਰੀਮ ਆ ਗਈਆਂ। ਹੁਣ ਸਾਡੇ ਕੋਲ ਪ੍ਰੋਫੈਸ਼ਨ ਕਿਹੜੇ ਆ ਗਏ? ਪਹਿਲਾਂ ਕੋਈ ਟਾਈਮ ਸੀ ਜੀ ਆਪਾਂ ਕਹਿੰਦੇ ਸੀ ਬੱਚੇ ਨੂੰ ਨਾ ਇੰਜੀਨੀਅਰ ਬਣਾਉਣਾ ਜੀ, ਡਾਕਟਰ ਬਣਾਉਣਾ, ਵਕੀਲ ਬਣਾਉਣਾ ਮੇਨ ਹੈ ਨਾ ਜੀ। ਆਰਟਸ ਅਗਰ ਕਰ ਲਈ ਤਾਂ ਲਾਅ ਕਰਾ ਦਿਓ ਜੀ ਬੱਚੇ ਨੂੰ, ਮੈਡੀਕਲ ਕਰ ਲਿਆ ਤਾਂ ਡਾਕਟਰ ਬਣਵਾ ਦਿਓ ਜੀ, ਨੋਨ ਮੈਡੀਕਲ ਕਰ ਲਿਆ ਤਾਂ ਇੰਜੀਨੀਅਰ ਬਣਾ ਦਿਓ। ਚਲੋ ਆਪਾਂ ਇੱਕ ਇੱਕ ਥੋੜ੍ਹੇ ਥੋੜ੍ਹੇ ਟਾਈਮ ਲਈ ਆਪਾਂ ਸਾਰੀ ਸਟਰੀਮ ਦੇ ਉੱਪਰ ਗੱਲ ਕਰ ਲਈਏ ਕਿ ਅੱਜ ਦਾ ਜਿਹੜਾ ਬੱਚਾ ਅੱਜ ਦੀ, ਮੈਂ ਨਿੰਦਦਾ ਨਹੀਂ ਕਿਸੇ ਨੂੰ ਵੀ, ਕਿਸੇ ਵੀ ਐਜੂਕੇਸ਼ਨ ਸਿਸਟਮ ਨੂੰ ਨਹੀਂ ਨਿੰਦਦਾ, ਮੈਂ ਇੱਕ ਲੌਜੀਕਲੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਆਪਾਂ ਇੰਜੀਨੀਅਰਿੰਗ ਵਾਲੀ ਆਪਾਂ ਪਹਿਲਾਂ ਇੱਕ ਗੱਲ ਕਰ ਲਈਏ ਕਿ 10+2 ਨੋਨ ਮੈਡੀਕਲ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਦੇ ਵਿੱਚ ਜਾਂਦਾ ਜੀ। 8-10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਇੱਕ ਇੰਜੀਨੀਅਰਿੰਗ ਦੀ 4 ਸਾਲ ਦੀ ਡਿਗਰੀ 'ਤੇ ਲੱਗਦਾ। ਫੋਰ ਐਗਜ਼ਾਮਪਲ ਜੀ ਆਪਾਂ ਮਕੈਨੀਕਲ ਇੰਜੀਨੀਅਰਿੰਗ ਦੀ ਗੱਲ ਕਰ ਲਈਏ ਜਾਂ ਕੰਪਿਊਟਰ ਦੀ ਗੱਲ ਕਰ ਲਈਏ, ਸੋ ਇੱਥੇ 4 ਸਾਲ ਜਦੋਂ ਤੁਸੀਂ ਕਾਲਜ ਦੇ ਵਿੱਚ ਲਾ ਲਏ ਤੁਸੀਂ ਮਕੈਨੀਕਲ
अज भी जेडे साडे बीटेक कंप्यूटर्स ने ना उन्हां नू कंप्यूटर खोल के दुबारा बनाउणा नहीं आउंदा और एक चार लाइना का सॉफ्टवेयर तक नहीं बनाउणा आउंदा। आ साडी जी इंजीनियरिंग की डिग्री होगी। इधर मेडिकल दे विच तुसी ला लो जी, मेरा डॉक्टर है एक चंडीगढ़ हॉस्पिटल दे विच, हुणे एमबीबीएस करके आया, 35-40 हज़ार रुपया तनखा दे उपर उहदी स्टार्टिंग होई है जी, और वो दस रहा सी भी 2 करोड़ नू हाथ लग चुके है जी डॉक्टर बन बन दे लई। कदों जाके 2 करोड़ रुपया वह कमाऊगा, कदों फिर वह कुंडिया नहीं मारूगा, जां फिर लैबोरेटरी वालियां तो पैसे नहीं लऊगा, कमीशन नहीं लऊगा, जां फिर सुते पए मरीजां नू, सुते पए मरे हुए मरीजां नू चीर पार कर करके उहदे ऑपरेशन कर करके बिल नहीं बनाणगे ये लोग, पहला तो डॉक्टर बन ली। अच्छा डॉक्टर दे विच भी ना असीं धड़ाधड़ एमबीबीएस बनाउणा, डॉक्टर बनाउणा, डॉक्टर बना के अज दे टाइम दे विच जे तां तुसीं अपने बच्चे नूं डॉक्टर बना के अगे उहनूं जॉब ते लवाउणा तां फिर 2-1 करोड़ ही ला लो, चलो 1 करोड़ का 3% के हिसाब नाल भी 3 लाख रुपये का महीने का आना ही आना ना जी, जिहड़ा कि उहने कदे कमाई नहीं करनी 3 लाख रुपये महीने की, छोटी मोटी उन्हें दुकान या क्लीनिक खोल के बिठाओगे किसी ने उसे कोल जाना नहीं। हॉस्पिटल खोलने लिए किन्ने करोड़ का प्रोजेक्ट चाहिए वा आ देख लो, जेड़े तो डॉक्टर माँ प्यो है कि नहीं उन्होंने अपने डॉक्टर बच्चे नू बनाना, वह तो दैट मेक सेंस जी, बिल्कुल भी आप दे हस्पताल च बह जाना। अगेन आ जाओ जी इंजीनियरिंग हो गया जी, आ हो गया हुण लॉयर बना लो जी, वकील बना लो, वकील जेड़ा तो माँ प्यो वकील हैगा उन्हें तो अपने बच्चे नू अपने नाल लेके जाना कोर्ट दे विच लेके जाना, जिहड़ा हुण बेचारा लॉ करके आ गया उन्हें 4-4 साल तो मुंशी ही घसाई जाते हैं कचहरियां दे विच एज आ मुंशी ला के, दसो इत्थे की करना, किहड़े किहड़े प्रोफेशन है, बी कॉम रह गई ना, बी कॉम छड्डो तुसीं एम कॉम करके भी ना तुहानूं क्रैडिट डेबिट का नहीं पता लगता, तुसीं एक कंपनी का अकाउंट नहीं लिख सकते, आ साडी एजुकेशन सिस्टम है। मैं ये कहना चाह रहा कि प्लस टू करन तो बाद तुसीं सोचदे हो जी, कई माँ प्यो सोचते हैं जी बच्चों ना इत्थे ही इंजीनियरिंग करा दीए, इत्थे ही आपां अगे वधा दीए, होना की है हुण मैं ये एक जरा लॉजिकली गल ये दसनी चाह रहा जी कि एक अगर बच्चा बच्चे थोड़े लिए मेरा एक हैगा एक कैलकुलेशनस ने, तुसी अज प्लस टू की 16-17 साल दे हो, तुसी ग्रेजुएशन कर ली, बैचलर डिग्री कर ली, इत्थे रह के तुसी हो गए 21-22 साल दे हो गए है ना जी, 22 साल तो बाद तुसी जॉब लभोगे जो थोनू 15 या 20 हज़ार रुपए की भी अगर जॉब मिली आ, बड़ी बड़ी 30 दिन ले लो, 35 दिन ले लो, ਤੁਸੀਂ 30 ਹਜ਼ਾਰ ਦੀ ਆਪਾਂ ਕਹਿੰਦੇ ਜੀ 40 ਹਜ਼ਾਰ ਦੀ ਵੀ ਅਗਰ ਤੁਹਾਨੂੰ ਜੋਬ ਮਿਲ ਗਈ, ਤੁਸੀਂ ਇੱਕ ਮਹੀਨੇ ਦੇ ਵਿੱਚ ਅੱਜ ਤੋਂ 4 ਸਾਲ ਜਾਂ 5 ਸਾਲ ਬਾਅਦ ਇੱਕ ਮਹੀਨੇ 'ਚ ਮੰਨਿਓ ਜੀ 20,000 ਰੁਪਇਆ ਤੁਸੀਂ ਇੱਕ ਕਮਾਉਣਾ ਸ਼ੁਰੂ ਕਰਤਾ, ਸਾਲ ਦਾ ਤਾਂ ਬਣਿਆ 2,40,000 ਰੁਪਇਆ, ਠੀਕ ਹੈ ਜੀ, ਸਾਲ ਦਾ ਜੇ 20,000 ਰੁਪਇਆ ਵੀ ਕਮਾਉਂਦੇ ਹੋ ਤੁਹਾਡੇ ਤੇ ਲੱਗਿਆ 10 ਲੱਖ ਰੁਪਇਆ, ਮਤਲਬ ਜਿਹੜਾ 10 ਲੱਖ ਰੁਪਇਆ ਤੁਹਾਡੇ ਤੇ ਮਾਂ ਪਿਓ ਨੇ ਲਾਇਆ ਆਉਣ ਵਾਲੇ 5 ਸਾਲਾਂ 'ਚ ਤੁਸੀਂ ਉਹੀ 10 ਲੱਖ ਰੁਪਇਆ ਕਮਾ ਕੇ ਆਪਣੇ ਮਾਂ ਪਿਓ ਨੂੰ ਦੇਵੋਗੇ। ਬੱਚਿਓ ਮੈਂ ਤੁਹਾਡੇ ਨਾਲ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸਣੀ ਚਾਹੁੰਦਾ ਕਿ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਮੈਂ 90% ਪੰਜਾਬੀਆਂ ਦੀ ਜਾਂ ਨੋਰਮਲੀ 80 ਦੀ ਲਾ ਲਓ ਮੈਂ ਗੱਲ ਇਹ ਕਰਦਾ ਵੀ ਜਿਹੜੇ ਤੁਹਾਡੇ ਦਾਦਾ ਜੀ ਸੀਗੇ, ਮੰਨ ਲਓ ਤੁਹਾਡੇ ਦਾਦਾ ਜੀ ਕੋਲ ਇੰਨਾ ਸੀਗਾ, ਇੰਨਾ, ਠੀਕ ਹੈ, ਤੁਹਾਡੇ ਫਾਦਰ ਨੇ ਇੰਨਾ ਕੀਤਾ ਅਤੇ ਤੁਹਾਡਾ ਫਰਜ਼ ਬਣਦਾ ਹੁਣ ਇੰਨਾ ਕਰਨ ਦਾ, ਨਾ ਕਿ ਜਿਹੜਾ ਤੁਹਾਡੇ ਦਾਦਾ ਜੀ ਕੋਲ ਇੰਨਾ ਸੀਗਾ ਅਤੇ ਫਾਦਰ ਕੋਲ ਇੰਨਾ ਸੀ, ਤੁਸੀਂ ਦਾਦਾ ਜੀ ਵਾਲੇ ਤੋਂ ਵੀ ਥੱਲੇ ਕਰ ਦਿਓ, ਉਹ ਕਰੋਗੇ ਤੁਸੀਂ ਕਿਉਂ, ਕਿਉਂਕਿ ਵਿਆਹ ਕਰਾਉਣਾ ਜੀ ਪਾਪਾ ਪੈਸੇ ਦਿਓ ਜੀ, ਪੜ੍ਹਾਈ ਕਰਾਉਣੀ ਆ ਪਾਪਾ ਪੈਸੇ ਦੇਵੇ, ਇੱਕ ਨਾ ਤੁਸੀਂ ਇੱਧਰ ਜੋਬ ਕਰਕੇ ਇੱਧਰਲੇ ਪਾਸੇ ਜੋਬ ਕਰਕੇ ਇੱਕ ਨਾ ਆਪਣੇ ਘਰ ਦੇ ਵਿੱਚ ਕਮਰਾ ਤੱਕ ਨਹੀਂ ਪਾ ਸਕਦੇ, ਫਿਰ ਆ ਮੈਂ ਇਹ ਚਾਹ ਰਿਹਾ ਕਿ ਬਜਾਏ ਮਾਂ ਪਿਓ ਨੂੰ ਵੀ ਆ ਕਿ ਬੱਚਿਆਂ ਨੂੰ ਵੀ ਕਿ ਇੱਧਰ ਪੜ੍ਹਨਾ, ਇੱਧਰ ਹੀ ਗ੍ਰੈਜੂਏਸ਼ਨ ਕਰਨੀ ਆ, ਇੱਧਰ ਹੀ ਲਾਅ ਕਰਨਾ, ਇੱਧਰ ਹੀ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਉਹਦੇ ਨਾਲੋਂ ਪਲੱਸ ਟੂ ਪਾਸ ਹੈਗੇ ਹੋ, ਅੱਛੇ ਨੰਬਰ ਆਏ ਨੇ, ਕੈਨੇਡਾ ਅਪਲਾਈ ਕਰੋ, ਉੱਥੇ ਖੇਤਾਂ 'ਚ ਕੰਮ ਕਰਨ ਵਾਲਾ ਵੀ 3 ਲੱਖ ਕਮਾਉਂਦਾ, ਯਾਰ ਤੁਸੀਂ ਤਾਂ ਇੰਜੀਨੀਅਰਿੰਗ ਜਾਂ ਡਾਕਟਰ ਜਾਂ ਮੈਡੀਕਲ ਲਾਈਨ ਜਾਂ ਕੁਛ ਵਧੀਆ ਬਿਜ਼ਨਸ ਕੋਰਸ ਕਰਨ ਜਾਓਗੇ 100 ਟਾਈਮਸ ਬੈਟਰ ਹੈ। ਸੋ ਆਹ ਬਿਲਕੁਲ ਵੀ ਜਿਹੜੇ ਬੱਚੇ ਸੋਚ ਰਹੇ ਨੇ ਜੀ ਅਸੀਂ PMT ਦਾ ਟੈਸਟ ਦਵਾ ਰਹੇ ਹਾਂ, IIT ਦਾ ਆਹ ਫਲਾਣੇ ਧਿਮਕੇ ਟੈਸਟ ਦਵਾ ਰਹੇ ਹਾਂ, ਪਹਿਲਾਂ ਬੱਚਿਆਂ ਦਾ ਰਿਜ਼ਲਟ ਕਰਾਂਗੇ, ਭੁੱਲ ਜਾਓ ਸਾਰੇ ਬੱਚਿਆਂ ਦਾ, ਇਮੀਡੀਏਟਲੀ ਅਪਲਾਈ ਕਰੋ, ਉਹਨਾਂ ਨੂੰ ਬਾਹਰ ਭੇਜੋ, ਇੱਧਰ ਕੋਈ ਵੀ ਸਟੱਡੀ ਦਾ ਕੋਈ ਹੈ ਨਹੀਂ ਰੂਲਸ ਐਂਡ ਰੈਗੂਲੇਸ਼ਨ। ਔਰ ਮੋਰ ਓਵਰ ਮੈਂ ਮਾਂ ਪਿਓ ਨੂੰ ਜ਼ਰੂਰ ਇਹ ਕਹੂੰਗਾ ਕਿ ਅੱਜ ਦੇ ਕਾਲਜਾਂ ਦਾ ਜੋ ਹਾਲਾਤ ਨੇ ਇੱਧਰ, ਠੀਕ ਹੈ, ਉਹਦੇ ਵਿੱਚ ਬੱਚਿਆਂ ਨੂੰ ਇੱਧਰ ਭੇਜਣ ਨਾਲ ਬਜਾਏ ਉੱਧਰ ਭੇਜ ਦਿਓ, ਕਿਉਂਕਿ ਉੱਧਰ ਨਾ ਤੁਹਾਡੇ ਨਾਲੋਂ ਮਾਂ ਪਿਓ ਨਾਲੋਂ ਵੱਧ ਸਰਕਾਰ, ਮਤਲਬ ਜਿੰਨਾ ਉੱਚੀ ਮੈਂ ਬੋਲ ਰਿਹਾ ਨਾ ਹੁਣ ਇੱਥੇ, ਇੰਨਾ ਉੱਚੀ ਉੱਥੇ ਮੈਂ ਅਗਰ ਆਪਣੇ ਘਰ 'ਚ ਬੋਲ ਰਿਹਾ ਹੁੰਦਾ ਨਾ ਕੈਨੇਡਾ ਬੈਠ ਕੇ, ਗੁਆਂਢੀਆਂ ਨੇ ਪੁਲਿਸ ਬੁਲਾਈ ਹੋਣੀ ਸੀਗੀ ਹੁਣ, ਬਿਲਕੁਲ ਠੀਕ, ਨਾ ਤੁਹਾਡੇ ਬੱਚੇ ਨੂੰ ਉੱਚਾ ਬੋਲਣ ਦੇਣਾ, ਨਾ ਉੱਥੇ ਸ਼ਰਾਬ ਪੀ ਕੇ ਤੁਰਨ ਫਿਰਨ ਦੇਣਾ, ਨਾ ਉਹਨੂੰ ਫਾਲਤੂ ਗੱਡੀ ਉਲਟੀ ਸਾਈਡ 'ਤੇ ਚਲਾਉਣ ਦੇਣਾ, ਕੋਈ ਉਹਨੂੰ ਕਿਸੇ ਵੀ ਤਰ੍ਹਾਂ ਦੀ ਖੁਰਮਤ ਪਾਉਣ ਨਹੀਂ ਦੇਣੀ। ਇਸ ਲਈ ਤੁਹਾਡੇ ਮਾਂ ਪਿਓ ਨਾਲ ਵਧੀਆ ਕੈਨੇਡਾ ਗੌਰਮੈਂਟ ਜਾਂ ਨਿਊਜ਼ੀਲੈਂਡ ਗੌਰਮੈਂਟ ਤੁਹਾਡੇ ਨਾਲ ਵੱਧ ਉਹਨਾਂ ਦਾ ਧਿਆਨ ਰੱਖੂਗੀ, ਬੱਚੇ ਛੋਟੇ ਨੇ ਅਜੇ 16 ਸਾਲ ਦੇ ਨੇ 17 ਸਾਲ ਦੇ ਨੇ, ਇਹੋ ਜਿਹਾ ਕੁਛ ਵੀ ਨਹੀਂ ਆ, ਬਹੁਤ ਸਕੋਪ ਹੈਗਾ ਜੀ ਉੱਧਰ ਤੁਹਾਡਾ ਜਾਣ ਦਾ। ਸਰ ਇੱਕ ਹੋਰ ਚੀਜ਼ ਪੰਜਾਬ ਦੇ, ਪੰਜਾਬ ਨਹੀਂ ਮੈਂ ਕਹੂੰਗਾ ਪੂਰੇ ਵਰਲਡ ਅਤੇ ਇੰਡੀਆ ਅਤੇ ਖਾਸ ਤੌਰ ਜਦੋਂ ਪੰਜਾਬ ਵੱਲ ਲਾਵਾਂਗੇ, ਕਈ ਫੈਮਲੀਆਂ ਐਸੀਆਂ ਨੇ
ਜਿਹੜੀਆਂ ਕਮਾ ਕਮਾ ਕੇ ਬੱਚਿਆਂ ਨੂੰ ਬੈਠਿਆਂ ਨੂੰ ਵਿਹਲਿਆਂ ਨੂੰ ਰੋਟੀ ਖਵਾਉਣ ਦੇ ਚੱਕਰ 'ਚ ਨੇ, ਜਿਵੇਂ ਤੁਸੀਂ ਕਿਹਾ ਕਿ ਫੀਸ ਭਰਨੀ ਹੈ, ਮਾਂ ਪਿਓ ਭਰੂਗਾ, ਬੱਚੇ ਦੀ ਕੋਈ ਟੈਨਸ਼ਨ ਨਹੀਂ ਹੈ, ਕੱਪੜੇ ਲੈਣੇ ਆ ਬੱਚੇ ਦੀ ਕੋਈ ਟੈਨਸ਼ਨ ਨਹੀਂ ਹੈ, ਉਹਨੂੰ ਵਿਆਹ ਕਰਾਉਣਾ ਉਹਦੀ ਕੋਈ ਟੈਨਸ਼ਨ ਨਹੀਂ ਹੈ, ਕਾਰ ਲੈ ਕੇ ਦੇਣੀ ਹੈ, ਬੱਚੇ ਨੂੰ ਪੂਰੀਆਂ ਸਹੂਲਤਾਂ ਦੇ ਰਹੇ ਨੇ। ਮੈਂ ਕਹਿੰਦਾ ਕਿ ਸਾਡੇ ਸਾਰਿਆਂ ਦੇ ਫਰਜ਼ ਨੇ ਕਿ ਆਪਣੇ ਬੱਚੇ ਨੂੰ ਸਹੀ ਤਰੀਕੇ ਨਾਲ ਪਾਲੀਏ, ਪਰਵਰਿਸ਼ ਕਰੀਏ, ਉਹਨਾਂ ਨੂੰ ਸਭ ਕੁਝ ਦਈਏ। ਪਰ ਇਹਦੀ ਇੱਕ ਛੋਟੀ ਜਿਹੀ ਕਹਾਵਤ ਸੁਣਾਉਣ ਲੱਗਿਆ ਤੁਹਾਨੂੰ 30 ਸੈਕਿੰਡ ਦੀ, ਉਹ ਤੋਂ ਬਾਅਦ ਤੁਸੀਂ ਰਿਜ਼ਲਟ ਕੱਢ ਲਓ ਕਿ ਵਿਹਲੇ ਬੈਠ ਕੇ ਬੱਚੇ ਨੂੰ ਖਿਡਾਉਣਾ ਕਿੰਨਾ ਕੁ ਜ਼ਰੂਰੀ ਹੈ। ਇੱਕ ਸਰਕਸ ਦੇ ਸ਼ੇਰਾਂ ਨੂੰ ਜੀ ਜਿਹੜਾ ਹੈਗਾ, ਸਰਕਸ ਦੇ ਸ਼ੇਰ ਕੀ ਹੁੰਦੇ ਨੇ, ਇੱਕ ਜੰਗਲ ਦੇ ਸ਼ੇਰ 'ਚ ਕੀ ਫਰਕ ਹੈ? ਸਰਕਸ ਦੇ ਜਿਹੜੇ ਸ਼ੇਰ ਨੇ ਉਹਨਾਂ ਨੂੰ ਜੋ ਵੀ ਦੇਣਾ ਹੈਗਾ ਸਰਕਸ ਵਾਲੇ ਨੇ ਖੁਦ ਦੇ ਦੇਣਾ, ਜੰਗਲ ਦੇ ਵਿੱਚ ਆਪਣਾ ਜੰਗਲੇ ਦੇ ਵਿੱਚ ਬੰਦ ਕੀਤਿਆਂ ਨੂੰ। ਜਿਹੜੇ ਜੰਗਲ ਦੇ ਸ਼ੇਰ ਨੇ ਉਹ ਆਪਣਾ ਸ਼ਿਕਾਰ ਆਪ ਕਰਦੇ ਨੇ। ਅਸੀਂ ਆਪਣੇ ਬੱਚਿਆਂ ਨੂੰ ਅੱਜ ਸਰਕਸ ਦੇ ਸ਼ੇਰ ਬਣਾ ਰਹੇ ਹਾਂ, ਸਾਰਾ ਕੁਝ ਬਾਹਰੋਂ ਇਕੱਠਾ ਕਰਕੇ ਲਿਆ ਕੇ ਉਹਨਾਂ ਨੂੰ ਪਾ ਦਿੰਦੇ ਹਾਂ। ਜੰਗਲ ਦੇ ਵਿੱਚ ਸ਼ਿਕਾਰ ਕਰਨਾ ਨਹੀਂ ਸਿਖਾ ਰਹੇ, ਆਪਣੀ ਜ਼ਿੰਦਗੀ ਜਿਉਣਾ ਨਹੀਂ ਸਿਖਾ ਰਹੇ। ਅੱਗੇ ਇਸ ਤੁਕ ਨੂੰ ਥੋੜ੍ਹਾ ਜਿਹਾ ਜੋੜੂੰਗਾ ਮੈਂ ਕਿ ਉਹ ਜੰਗਲ ਦੇ ਜਿਹੜੇ ਸਰਕਸ ਦੇ ਜਿਹੜੇ ਸ਼ੇਰ ਸੀਗੇ ਉਹਨਾਂ ਨੂੰ ਕਾਫੀ ਸਾਲਾਂ ਬਾਅਦ ਕੱਢ ਕੇ ਜੰਗਲ 'ਚ ਛੱਡਿਆ ਗਿਆ ਸੀ ਸਭ। ਔਰ ਜੰਗਲੀ ਸ਼ੇਰਾਂ ਨੇ ਤਾਂ ਕੀ ਖਾਣਾ ਸੀ? ਉਹਨਾਂ ਨੂੰ ਕੁੱਤਿਆਂ ਨੇ ਖਾ ਲਿਆ ਸ਼ੇਰਾਂ। ਬਿਲਕੁਲ ਸਹੀ। ਜਿਹੜੇ ਜੰਗਲ ਦੇ ਸ਼ੇਰ ਸੀ ਉਹਨਾਂ ਨੇ ਤਾਂ ਉਸ ਤੱਕ ਪਹੁੰਚ ਹੀ ਨਹੀਂ ਕੀਤੀ, ਸਰਕਸ ਦੇ ਸ਼ੇਰਾਂ ਨੂੰ ਕੁੱਤਿਆਂ ਨੇ ਖਾ ਲਿਆ, ਕਿਉਂਕਿ ਉਹਨਾਂ ਨੂੰ ਸ਼ਿਕਾਰ ਕਰਨਾ ਸਿਖਾਇਆ ਹੀ ਨਹੀਂ ਸੀਗਾ। ਅੱਜ ਦੇ ਮਾਹੌਲ ਦੇ ਵਿੱਚ ਕਈ ਪਰਿਵਾਰ ਇਹ ਕੰਮ ਕਰ ਰਹੇ ਨੇ ਕਿ ਬੱਚਿਆਂ ਨੂੰ ਮੈਂ ਇੱਧਰੋਂ ਜੋੜਦਾ ਪੈਸੇ, ਉੱਧਰੋਂ ਜੋੜਦਾ ਵਿਹਲੇ ਬੈਠ ਕੇ ਖਿਲਾ ਦਾਂ। ਪਲੀਜ਼ ਉਹਨਾਂ ਨੂੰ ਸ਼ਿਕਾਰ ਕਰਨਾ ਸਿਖਾਓ, ਸ਼ਿਕਾਰ ਤੋਂ ਭਾਵ ਸਮਾਜ 'ਚ ਵਿਚਰਨਾ ਸਿਖਾਓ, ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਸਿਖਾਓ, ਆਪ ਐਫਰਟਸ ਕਰਨ ਦਿਓ, ਲੋਕਾਂ ਨਾਲ ਜਿਹੜੀਆਂ ਟੈਨਸ਼ਨਾਂ ਨੇ ਮੱਥਾ ਲੈਣ ਦਿਓ, ਉਹ ਪੋਲਿਸ਼ ਹੋਣਗੇ, ਉਹ ਤਰਾਸ਼ੇ ਜਾਣਗੇ, ਆਪਣੀ ਜ਼ਿੰਦਗੀ ਚੰਗੀ ਬਿਹਤਰ ਜਿਉਣਗੇ। ਨਹੀਂ ਤਾਂ ਉਹੀ ਹਾਲ ਹੋਣਾ ਜੋ ਜਿਹੜੇ ਸਰਕਸ ਦੇ ਸ਼ੇਰਾਂ ਦਾ ਹੋ ਰਿਹਾ, ਚਤਰ ਲੋਕਾਂ ਨੇ ਤੁਹਾਡੇ ਬੱਚਿਆਂ ਨੂੰ ਨੋਚ ਨੋਚ ਕੇ ਖਾ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਨੂੰ ਇਸ ਕਾਬਿਲ ਬਣਾਓ ਕਿ ਇਸ ਮਾਹੌਲ ਦੇ ਵਿੱਚ, ਪੰਜਾਬ ਦੇ ਮਾਹੌਲ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਜਾਣ, ਉਹ ਮਿਹਨਤ ਮੁਸ਼ਕਤ ਕਰਕੇ ਆਪ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਸੋ ਸਭ ਇਸ ਵਕਤ ਜਿਹੜੀ ਮੁੱਦਾ ਸਾਡਾ ਸੀਗਾ, ਥੋੜ੍ਹਾ ਜਿਹਾ ਅਸੀਂ ਭਟ ਗਏ ਅੱਜ, ਪਰ ਰਿਜ਼ਲਟ ਕਰਕੇ ਅਸੀਂ ਥੋੜ੍ਹੀ ਜਿਹੀ ਤੁਹਾਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਦੇ ਉੱਪਰ ਪੈਸਾ ਜ਼ਰੂਰ ਖਰਚੋ, ਪਿਆਰ ਮੁਹੱਬਤ ਦੋ ਉਹਨਾਂ ਨੂੰ, ਪਰ ਜਿਹੜਾ ਇਸ ਕਾਬਿਲ ਬਣਾ ਲਓ ਕਿ ਆਪਣਾ ਜਿਹੜਾ ਕਾਰੋਬਾਰ ਹੈਗਾ ਆਪ ਖੜ੍ਹਾ ਕਰ ਸਕਣ। ਅੱਜ ਜਿਹੜਾ ਰਿਜ਼ਲਟ ਆਇਆ ਉਹ ਇਹ ਵੀ ਇੰਡੀਕੇਸ਼ਨ ਕਰ ਰਿਹਾ ਕਿ ਬਹੁਤ ਬੱਚੇ ਨਿਰਾਸ਼ ਨੇ ਪੰਜਾਬ ਦੇ ਵਿੱਚ। ਨਿਰਾਸ਼ਾ ਇਸ ਕਰਕੇ ਹੈ ਕਿ ਕੈਨੇਡਾ ਜਾਣਾ ਸੀਗਾ ਜੀ, ਮੇਰੇ ਬੈਂਡ ਜਿਹੜੇ ਨੇ ਉਹ 5.5 ਰਹਿ ਗਏ, ਮੇਰੀ ਪਰਸੈਂਟੇਜ ਜਿਹੜੀ ਹੈਗੀ ਹੈ ਮੈਥ ਦੇ ਵਿੱਚ ਉਹ 47-48 ਰਹਿ ਗਈ ਹੈ, ਐਗਰੀਗੇਟਡ ਮੈਂ ਪੰਜਾਬ ਹੀ ਨਹੀਂ ਲੈ ਪਾਇਆ। ਹੁਣ ਮੈਂ ਜੀ ਟਰਾਈ ਕਰਦਾ USA ਨੂੰ, USA ਜਾਣ ਦਾ ਵੀ ਇੱਕ ਵੱਡਾ ਸ਼ਿਕਾਰ ਹੈ ਵੀ ਬਾਰਡਰ ਹੈਗਾ ਜੀ, ਫਿਰ ਟੱਪ ਜਾਂਗੇ। ਕੁਛ ਨਿਊਜ਼ੀਲੈਂਡ ਵੱਲ ਮੂਵ ਹੋ ਜਾਂਦੇ ਨੇ, ਕੁਛ ਬੱਚੇ ਜਰਨਲ ਵੱਲ ਜਿਹੜੇ ਹੈਗੇ ਨੇ ਚਲੇ ਜਾਂਦੇ ਨੇ। ਤੁਸੀਂ ਕੀ ਸੋਚਦੇ ਇਸ ਮਾਹੌਲ ਦੇ ਵਿੱਚ? ਇਹ 3 ਆਪਸ਼ਨਾਂ ਤਾਂ ਚਲੋ ਫਿਰ ਵੀ ਕਿਤੇ ਨਾ ਕਿਤੇ ਠੀਕ ਨੇ, ਕਈ ਬੱਚੇ ਤਾਂ ਵਿਚਾਰੇ ਸਿੰਗਾਪੁਰ ਵੱਲ ਨੂੰ ਤੁਰ ਪੈਂਦੇ ਨੇ, ਫਰੈਸ਼ਰਸ ਕਿ ਮੇਰਾ ਤਾਂ ਹੋਰ ਕਿਤੇ ਬਣਨਾ ਨਹੀਂ ਕਿਉਂਕਿ ਗਾਈਡੈਂਸ ਨਹੀਂ ਹੈ। ਸੋ ਕੈਨੇਡਾ ਲਈ ਪਹਿਲਾਂ ਤਾਂ ਮੈਂ ਜਰਨਲ ਵੱਲ ਆਊਂਗਾ, ਟਰਾਈ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਜਿਹਨਾਂ ਕੋਲ ਫਰੈਸ਼ਰਸ ਨੇ, ਸਿਰਫ ਇੱਕ ਬੈਂਡ ਘੱਟ ਗਿਆ ਜਾਂ ਕਿਤੇ ਪਰਸੈਂਟੇਜ ਘੱਟ ਗਈ, ਐਸੇ ਬੱਚੇ ਨੂੰ ਕੀ ਕਰਨਾ ਚਾਹੀਦਾ? ਨਹੀਂ ਕਰਨੀ ਚਾਹੀਦੀ ਜੀ, ਮੇਰੀ ਇਹ ਇੱਛਾ ਹੈ ਜੀ ਐਜ਼ ਅ ਕੈਨੇਡੀਅਨ ਐਕਸਪੋਰਟ, ਤੁਹਾਨੂੰ ਜਰਨਲ ਦੇ ਵਿੱਚ ਬਿਲਕੁਲ ਵੀ ਨਹੀਂ ਟਰਾਈ ਕਰਨਾ ਚਾਹੀਦਾ। ਉਹਦੇ ਨਾਲ ਉਹ ਬੈਟਰ ਤਾਂ ਇਹ ਹੈਗਾ ਕਿ ਤੁਸੀਂ ਨਿਊਜ਼ੀਲੈਂਡ ਚਲੇ ਜਾਓ, ਬਿਕੋਜ਼ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਜ਼ਿਆਦਾ ਵਧੀਆ ਪ੍ਰੋਫਾਈਲ ਹੋ ਨਿਊਜ਼ੀਲੈਂਡ ਦਾ। ਅਗਰ ਕੈਨੇਡਾ ਦੇ ਵਿੱਚ ਤੁਹਾਡੀ ਪ੍ਰੋਫਾਈਲ ਥੋੜ੍ਹੀ ਜਿਹੀ ਵੀ ਘੱਟ ਆ ਤਾਂ ਨਿਊਜ਼ੀਲੈਂਡ ਲਈ ਤੁਸੀਂ ਇਹ ਪੋਜ਼ਿਟਿਵ ਪ੍ਰੋਫਾਈਲ ਦੇ ਬੱਚੇ ਹੋ, ਸਟੂਡੈਂਟ ਹੋ। ਸੋ ਇੱਕ ਤੁਸੀਂ ਇਹ ਹੁਣ ਵੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਜੀ ਕਿ ਨਾ ਸਾਡੇ ਜਿਹੜੇ ਨੰਬਰ ਨੇ ਜੀ ਟੋਟਲ ਐਗਰੀਗੇਟ ਤਾਂ 61% ਜਾਂ 62-65% ਬਣਦੇ ਨੇ ਜੀ ਓਵਰਆਲ। ਓਵਰਆਲ 'ਚ ਫਿਜੀਕਲ ਐਜੂਕੇਸ਼ਨ ਵੀ ਪਾਈ ਹੁੰਦੀ ਹੈ, ਸੋਸ਼ੋਲੋਜੀ ਵੀ ਪਾਈ ਹੁੰਦੀ ਹੈ ਅਤੇ ਹੋਰ ਇਹੋ ਜਿਹੇ 1-2 ਸਬਜੈਕਟ ਪਾਏ ਹੁੰਦੇ ਨੇ। ਨਹੀਂ ਨਹੀਂ, ਕੈਨੇਡਾ ਗੌਰਮੈਂਟ ਹਮੇਸ਼ਾ, ਮੈਂ ਪਹਿਲਾਂ ਵੀ ਦੱਸਿਆ ਸੀ, ਕੋਰ ਸਬਜੈਕਟ 'ਤੇ ਜਾਂਦੀ ਹੈ, ਨੋਨ ਮੈਡੀਕਲ PCM ਫਿਜਿਕਸ ਕੈਮਿਸਟਰੀ ਮੈਥ ਐਂਡ ਮੈਡੀਕਲ PCB ਫਿਜਿਕਸ ਕੈਮਿਸਟਰੀ ਬਾਇਓਲੋਜੀ। ਇੱਦਾਂ ਹੀ ਕਾਮਰਸ ਦੇ ਵਾਲਿਆਂ ਦੇ ਲਈ ਅਕਾਊਂਟ ਐਂਡ ਇਕਨੋਮਿਕਸ ਐਂਡ ਬਿਜ਼ਨਸ ਅਕਾਊਂਟਿੰਗ, ਇਹ ਜਿਹੜੇ ਮੇਨ ਮੇਨ ਕੋਰ ਸਬਜੈਕਟ ਹੁੰਦੇ ਨੇ। ਇਹਦੇ ਵਿੱਚ ਵੀ ਅਗਰ ਤੁਹਾਡੇ ਮੈਥ 'ਚੋਂ, ਇਸ ਵਾਰ ਨਾ ਮੈਥ 'ਚੋਂ ਸੰਧੂ ਸਾਹਿਬ ਥੋੜ੍ਹਾ ਜਿਹਾ ਟਫ ਆਇਆ ਹੈ, ਪੰਜਾਬ ਬੋਰਡ ਵਾਲਿਆਂ ਦਾ ਵੀ, CBSE ਵਾਲਿਆਂ ਦਾ ਵੀ, ਬਹੁਤ ਬੱਚੇ ਨਿਰਾਸ਼ ਨੇ। ਹਾਂਜੀ, ਸੋ ਮੈਥ ਕੋਈ ਪ੍ਰੋਬਲਮ ਨਹੀਂ ਹੈ, ਅਗਰ ਮੈਥ 'ਚੋਂ ਮਾਰਕਸ ਘੱਟ ਆਏ ਨੇ ਬਾਕੀਆਂ 'ਚੋਂ ਠੀਕ ਨੇ, ਕੋਰਸ ਇੰਪਰੂਵ ਕਰ ਸਕਦੇ ਨੇ ਬੱਚੇ, ਇੰਪਰੂਵ ਕਰਕੇ ਕੈਨੇਡਾ ਜਾ ਸਕਦੇ ਨੇ। ਹਾਂਜੀ, ਪਰ ਸਾਡੀ ਜਨਤਾ ਨੂੰ ਆਦਤ ਨਹੀਂ ਨਾ, ਉਹ ਅਸੀਂ ਬਥੇਰਿਆਂ ਨੂੰ ਕਹੀ ਦਾ ਇੰਪਰੂਵ, ਉਹ ਛੱਡੋ ਜੀ ਕਿਹੜਾ ਕਰੂਗਾ, ਤੁਸੀਂ ਲਾ ਦਿਓ ਐਂ। ਮਤਲਬ ਜੂਆ ਖੇਡਣਾ ਤਾਂ ਸਾਡੀ ਆਦਤ ਹੈ ਜੀ ਸ਼ੁਰੂ ਤੋਂ ਵੀ, ਐਂ ਖੇਡੋ ਕੁਛ ਨਹੀਂ ਹੁੰਦਾ ਜੀ, ਲਾ ਦਿਓ ਫਿਰ ਦੇਖ ਲਾਂਗੇ, ਨਹੀਂ ਹੋਊਗਾ ਤਾਂ ਨਹੀਂ ਸੀ। ਨਹੀਂ ਨਹੀਂ, ਤੁਸੀਂ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਪਰਸੈਂਟੇਜ ਤੋਂ ਘੱਟ ਆ ਨਾ, ਤਾਂ ਫਿਰ ਤੁਸੀਂ ਦੁਬਾਰਾ ਇੰਪਰੂਵਮੈਂਟ ਕਰ ਲਓ, ਨਹੀਂ ਤਾਂ ਕੋਰਸ ਡਿਫਰੈਂਟ ਲੈ ਲਓ, ਕਾਲਜ ਡਿਫਰੈਂਟ ਲੈ ਲਓ, ਕੈਨੇਡਾ ਦਾ ਵੀਜ਼ਾ ਲੱਗੂਗਾ ਤੁਹਾਡਾ, ਲਵਾ ਕੇ ਦੇਵਾਂਗੇ। 40 ਕਾਲਜ ਨੇ ਦਰਸ਼ਕੋ ਮੇਰੇ ਕੋਲ, 40, ਇੱਕ ਜਿਹੜੇ 4-5-6 ਕਾਲਜ ਫੜ ਕੇ ਬੈਠੇ ਹੁੰਦੇ ਨੇ ਏਜੰਟ, ਉਹਨਾਂ ਕੋਲ ਉਹੀ ਹੁੰਦੇ ਨੇ, ਜਿਹਦੇ ਕੋਲ ਜਿਹੜੀ ਚੀਜ਼ ਆ ਉਹੀ ਵੇਚੂਗਾ, ਦੂਜੀ ਨੂੰ ਨੁਕਸਾਨ ਕੱਢੂਗਾ, ਉਹ ਤੁਹਾਨੂੰ ਆਪਸ਼ਨਸ ਹੀ ਨਹੀਂ ਦੱਸ ਪਾਉਂਦੇ। ਕੈਨੇਡਾ ਦੇ ਵਿੱਚ ਇਹੋ ਜਿਹੀਆਂ ਆਪਸ਼ਨਸ ਨੇ ਜੀ, ਯੂਨੀਵਰਸਿਟੀ ਆਫ ਵੈਸਟ
ਜਿਹੜੇ ਬੱਚੇ ਥੋੜੇ ਜਿਹੇ ਬ੍ਰਿਲੀਅੰਟ, ਸਾਰੇ ਬੱਚੇ ਜੀ 70% ਤੋਂ ਉੱਪਰ ਨੇ, ਸਾਰੇ 70% ਤੋਂ ਮਾਰਕਸ ਉੱਪਰ ਨੇ ਸਾਰੇ। $10,000 ਇਕੁਅਲ ਟੂ 5 ਲੱਖ ਰੁਪਏ ਤੁਹਾਨੂੰ ਸੇਵ ਹੋ ਗਿਆ, ਘੱਟੋ ਘੱਟ 5.5 ਲੱਖ ਰੁਪਏ ਤੁਹਾਨੂੰ ਸਕਾਲਰਸ਼ਿਪ ਦੇ ਰਿਹਾ ਯੂਨੀਵਰਸਿਟੀ, ਤੁਹਾਨੂੰ ਇਨਕਰੇਜ ਕਰ ਰਹੀ ਹੈ ਆਉਣ ਵਾਲੀਆਂ। ਇੱਦਾਂ ਦੀਆਂ ਯੂਨੀਵਰਸਿਟੀਜ਼ ਨੇ ਕੈਨੇਡਾ ਦੀ, ਤੁਹਾਨੂੰ ਇਹੋ ਜਿਹੇ ਕਾਲਜਸ ਤੇ ਯੂਨੀਵਰਸਿਟੀ ਨੇ ਜਿਨ੍ਹਾਂ ਦੇ ਨਾਮ ਤੱਕ ਨਹੀਂ ਸੁਣੇ ਹੋਣੇ, ਐਂਡ ਟੌਪ ਰੈਂਕਡ ਜਿਵੇਂ ਵਰਲਡ ਦੇ ਵਿੱਚ ਕੈਨੇਡਾ ਦੇ ਵਿੱਚ ਥਰਡ ਰੈਂਕਡ ਯੂਨੀਵਰਸਿਟੀ ਆ, ਯੂਨੀਵਰਸਿਟੀ ਆਫ ਵੈਸਟਰਨ ਓਨਟੈਰੀਓ ਲੰਡਨ ਦੇ ਵਿੱਚ, ਕੈਨੇਡਾ ਦੇ ਵਿੱਚ, ਓਨਟੈਰੀਓ ਦੇ ਵਿੱਚ, ਜਿਹੜੀ ਕਿ ਇਹਦੇ ਵਿੱਚ ਅਗਰ ਤੁਹਾਡੇ ਕੋਲ 10th ਦੇ ਵਿੱਚੋਂ ਐਂਡ 10+2 ਦੇ ਵਿੱਚੋਂ CBSE ਬੋਰਡ ਦੇ ਵਿੱਚੋਂ 70% ਇੰਗਲਿਸ਼ ਦੇ ਵਿੱਚੋਂ ਮਾਰਕਸ ਹੈਗੇ ਨੇ, ਤਾਂ ਆਈਲੈਟਸ ਵੀ ਨਹੀਂ ਚਾਹੀਦਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਇਨਕਰੇਜ ਕਰ ਰਿਹਾ ਕਿ ਵਿਦਾਊਟ ਆਈਲੈਟਸ ਆਓ, ਨਹੀਂ ਨਹੀਂ, ਮੈਂ ਤੁਹਾਨੂੰ ਇੱਕ ਜਨਰਲ ਦੱਸ ਰਿਹਾ ਕਿ ਇੱਦਾਂ ਦੀਆਂ ਟੌਪ ਰੈਂਕ ਯੂਨੀਵਰਸਿਟੀਆਂ ਦੀਆਂ ਆਪਸ਼ਨਸ ਨੇ। ਇਹੋ ਜਿਹੇ ਕਿੰਨੇ ਸਾਰੇ ਕਾਲਜਸ ਹੈਗੇ ਨੇ ਕੈਨੇਡਾ ਦੇ ਵਿੱਚ ਜਿਹੜੇ ਆਪਣੀ ਐਗਰੀਗੇਟ ਨੂੰ ਛੱਡ ਕੇ ਜਾਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੀ ਰੈਂਕਿੰਗ ਬਹੁਤ ਵਧੀਆ ਆ। ਕੈਨੇਡਾ ਦੇ ਜੀ ਅਸੀਂ ਐਕਸਪਰਟ ਆ, 10 ਸਾਲ ਤੋਂ ਲੱਗੇ ਹੋਏ ਹਾਂ ਕੈਨੇਡਾ ਦੀ ਦੇ ਕੈਨੇਡਾ ਨੂੰ ਲੈ ਕੇ ਤੁਹਾਡੀ ਸੇਵਾ ਕਰਨ ਦੇ, 40 ਤੋਂ ਵੱਧ ਕਾਲਜਸ ਨੂੰ ਰੀਪ੍ਰਜੈਂਟ ਕਰ ਰਹੇ ਹਾਂ ਜੀ। ਸੋ ਕੈਨੇਡਾ ਬਾਰੇ ਜ਼ਰੂਰ ਇੱਕ ਵਾਰ ਆਓ, ਐਂਡ ਸੈਕਿੰਡ ਬਚ ਕੇ ਜਿਹੜੇ ਬੱਚੇ ਨਹੀਂ ਜਾ ਸਕਦੇ, ਨਿਊਜ਼ੀਲੈਂਡ ਕੁਡ ਬੀ ਦਾ ਬੈਸਟ ਐਂਡ ਸੈਕਿੰਡ ਆਪਸ਼ਨ। ਜਿਹੜੇ ਬੱਚਿਆਂ ਦੇ ਅੱਧਾ ਬੈਂਡ ਘੱਟ ਨੇ, ਚਾਹੇ ਨਿਊਜ਼ੀਲੈਂਡ ਲਈ ਘੱਟ ਹੈ ਚਾਹੇ ਕੈਨੇਡਾ ਲਈ, ਤੁਸੀਂ ਮੇਰੇ ਖਿਆਲ ਇੱਕ ਅਕੈਡਮੀ ਵੀ ਸ਼ੁਰੂ ਕੀਤੀ ਹੈ ਕਿ ਬੱਚੇ ਦਾ ਅਪਲਾਈ ਕਰਕੇ ਨਾਲ ਉਹਨਾਂ ਨੂੰ ਇੰਗਲਿਸ਼ 'ਚ ਵੀ ਪ੍ਰੂਵ ਕਰ ਦਿਓ। ਬਿਲਕੁਲ ਜੀ, ਸਾਡੇ ਕੋਲ ਜਿਹੜਾ ਸਾਡਾ ਇੰਗਲਿਸ਼ ਦਾ ਇੰਸਟੀਟਿਊਸ਼ਨ ਆ, ਜਿਹੜਾ ਅਸੀਂ ਇੱਕ ਡਿਫਰੈਂਟ ਸੋਚ ਦੇ ਨਾਲ, ਕੋਨਸੈਪਟ ਦੇ ਨਾਲ ਸਟਾਰਟ ਕੀਤਾ, ਜਿਹਦੇ ਵਿੱਚ ਅਸੀਂ ਇਹਨੂੰ ਐਜ਼ ਆ ਆਈਲੈਟਸ ਇੰਸਟੀਚਿਊਟ ਨਹੀਂ ਚਲਾ ਰਹੇ ਵੀ ਆਈਲੈਟ ਸੈਂਟਰ, ਕਿਉਂਕਿ ਆਈਲੈਟ ਸੈਂਟਰ ਮੈਂ ਹੁਣ ਕਿੰਨੇ ਬੱਚੇ ਦੇਖੇ ਨੇ ਵਿਚਾਰੇ ਸੰਧੂ ਸਾਹਿਬ, ਉਹਨਾਂ ਨੂੰ ਨਾ ਉਹ ਡੇਟ ਹੀ ਨਹੀਂ ਲੈਣ ਦਿੰਦੇ, ਆਈਲੈਟ ਸੈਂਟਰ ਵਾਲੇ ਡੇਟ ਹੀ ਨਹੀਂ ਲੈਣ ਦਿੰਦੇ। ਹੁਣ ਵੀ ਇਹੋ ਜਿਹੇ ਆ ਗਏ ਨੇ, ਸਾਲ ਸਾਲ ਖਰਾਬ ਕੀਤੇ ਪਏ ਨੇ। ਮੈਂ ਕਹਿੰਦਾ ਅਸ਼ੋਰਿਟੀ ਦਿੰਦਾ ਵਾਂ ਤੁਹਾਨੂੰ ਕਿ ਅੱਧਾ ਬੈਂਡ, ਇੱਕ ਬੈਂਡ, ਅਗਰ ਤੁਹਾਡਾ ਤੁਸੀਂ 5.5 ਤੇ ਫਸੇ ਹੋਏ ਹੋ ਨਾ, ਨਹੀਂ ਵੱਧ ਰਹੇ ਉੱਪਰ, ਜਾਂ ਤੁਹਾਡੇ 6 ਆਉਣੇ ਨੇ, ਇੱਕ ਵਾਰ ਚੰਡੀਗੜ੍ਹ ਮਹੀਨਾ ਡੇਢ ਮਹੀਨਾ ਲਵਾਓ। ਮੈਂ ਉਹ ਮਾਂ ਪਿਓ ਨੂੰ ਇਹ ਜਿਵੇਂ ਹੁਣ ਆਪਾਂ ਆ ਸ਼ੇਰਾਂ ਵਾਲੀ ਗੱਲ ਦੱਸੀ ਸੀ ਨਾ, ਮੈਂ ਇਹਦੇ 'ਤੇ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਕਿੰਨਾ ਖੁਸ਼ ਹੋ ਕੇ ਸਾਨੂੰ ਆ ਕੇ ਦੱਸ ਦਿਓ, ਮੁੰਡਾ ਨਾ ਸਾਡਾ ਕਦੇ ਬਾਹਰ ਹੀ ਨਹੀਂ ਨਿਕਲਿਆ, ਕੁੜੀ ਤਾਂ ਸਾਡੀ ਕਦੇ ਬਾਹਰ ਹੀ ਨਹੀਂ ਨਿਕਲੀ, ਨੁਕਸਾਨ ਹੈ ਇਹ ਕੋਈ ਵਾਲੀ ਵਧੀਆ ਗੱਲ ਨਹੀਂ ਦੱਸ ਰਹੇ, ਇਹ ਤੁਸੀਂ ਸਰਕਸ ਦੇ ਸ਼ੇਰ ਬਣਾਏ ਹੋਏ ਨੇ, ਉਹ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਉਹਨੂੰ ਬਾਹਰ ਕੱਢੋ ਥੋੜ੍ਹਾ ਬਹੁਤਾ, ਉਹਨੂੰ ਲੱਗਣ ਦਿਓ ਥੋੜ੍ਹੀ ਬਹੁਤੀ ਹਵਾ, ਸਿੱਧਾ ਕੈਨੇਡਾ ਦੇ ਵਿੱਚ ਜਾਣਾ, ਮੋਗੇ ਤੋਂ ਗਿੱਦੜਵਾਹੇ ਤੋਂ ਚੱਕ ਕੇ ਸਿੱਧਾ ਬੰਬੇ ਭੇਜਣ ਨਾਲੋਂ ਤਾਂ ਚੰਗਾ ਇੱਕ ਵਾਰ ਪਹਿਲਾਂ ਚੰਡੀਗੜ੍ਹ ਭੇਜ ਦਿਓ ਫਿਰ ਬੰਬੇ ਭੇਜ ਦਿਓ ਉਹਨੂੰ। ਸੋ ਚੰਡੀਗੜ੍ਹ ਭੇਜੋ 1 ਮਹੀਨੇ ਲਈ, 2 ਮਹੀਨੇ ਲਈ, ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗੇ ਦੁਨੀਆਦਾਰੀ ਦਾ, ਫਿਰ ਅੱਗੇ ਜਾ ਕੇ ਉਹ ਹੋਰ ਵਧੀਆ ਤਰੀਕੇ ਨਾਲ ਪਰਫੋਰਮ ਕਰ ਪਾਉਣ। ਆਈਲੈਟਸ ਇੰਸਟੀਚਿਊਟ ਸਾਡਾ ਟੌਪ ਹੈ ਜੀ, ਸਾਡੇ ਰਿਜ਼ਲਟ ਬੋਲਦੇ ਆ, ਆ ਕੇ ਦੇਖੋ, ਟੀਚਰਸ ਨੂੰ ਮਿਲੋ, ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਕਿ ਸਾਡੇ ਔਰ ਬਾਕੀ ਇੰਸਟੀਚਿਊਟ। ਚੰਡੀਗੜ੍ਹ ਵੈਸੇ ਵੀ ਮੈਂ ਸ਼ੋ ਕਰ ਰਿਹਾ ਸੁਣ ਸਾਹਿਬ ਨਾਲ, ਇਸ ਕਰਕੇ ਇਹਨਾਂ ਦੀ ਕੋਈ ਤਾਰੀਫ ਨਹੀਂ ਕਰ ਰਿਹਾ। ਚੰਡੀਗੜ੍ਹ ਦੇ ਲੈਵਲਸ ਦਾ ਜਿਹੜਾ ਟੀਚਰਸ ਦਾ ਫਰਕ ਤਾਂ ਹੈ, ਬਾਕੀ ਸ਼ਹਿਰਾਂ ਦੇ ਵਿੱਚ ਉਸ ਲੈਵਲ ਦੇ ਟੀਚਰ ਨਹੀਂ ਪਾਏ ਜਾ ਰਹੇ, ਇਹ ਮੇਰਾ ਆਪਣਾ ਇੱਕ ਮੰਨਣਾ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸਰਚ ਨਹੀਂ ਹੈ ਜਾਂ ਕਿਸੇ ਦੇ ਹੋਰ ਦੇ ਵਿਊ ਨਹੀਂ, ਮੇਰੇ ਆਪਣੇ ਪਰਸਨਲ ਨੇ, ਕਿਉਂਕਿ ਬਹੁਤ ਸਾਰੇ ਆਇਲ ਸੈਂਟਰਾਂ 'ਚ ਮੈਂ ਵੀ ਜਾਂਦਾ ਰਹਿੰਦਾ, ਉਸ ਲੈਵਲ ਦੇ ਟੀਚਰ ਨਹੀਂ ਮਿਲ ਪਾ ਰਹੇ। ਇਹ ਨਹੀਂ ਹੈ ਕਿ ਪਟਿਆਲੇ ਨਹੀਂ ਹੈਗੇ ਜਾਂ ਜਲੰਧਰ ਨਹੀਂ, ਹੁਸ਼ਿਆਰਪੁਰ ਨਹੀਂ, ਹੈਗੇ ਨੇ, ਇੱਕਾ ਦੁੱਕਾ ਹੁੰਦਾ, ਪਰ ਬਹੁ ਗਿਣਤੀ ਜਿਹੜੀ ਹੈ ਮੇਰੇ ਖਿਆਲ ਚੰਗੀ ਕਰੀਮ ਦਿਓ, ਕਿ ਚੰਡੀਗੜ੍ਹ ਹੀ ਤੁਹਾਨੂੰ ਜਿਹੜੀ ਹੈਗੀ ਮਿਲ ਸਕਦੀ ਹੈ। ਪਰ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਬਲਮ ਇਹ ਹੈਗੀ ਹੈ ਜੀ ਕਿ ਕਈ ਇੰਸਟੀਚਿਊਟ ਨੇ ਨਾ ਚੰਡੀਗੜ੍ਹ ਦੇ ਵਿੱਚ, ਉਹ ਮੱਝਾਂ ਦਾ ਬਾੜਾ ਬਣਾਇਆ ਹੋਇਆ ਜੀ ਕਿ 60-60, 70-70 ਬਾੜ 'ਤੇ ਇੱਕ ਇੱਕ ਕਮਰੇ ਦੇ ਵਿੱਚ ਅਤੇ 6-6, 7-7 ਹਜ਼ਾਰ ਵਾਲੀਆਂ ਇਹ ਰੱਖ ਲਈਆਂ। ਇਹ ਜ਼ਰੂਰ ਦੇਖੋ, ਕਲਾਸਰੂਮ ਜ਼ਰੂਰ ਦੇਖੋ, ਕਹੋ ਜੀ ਦਿਖਾਓ 20-22 ਕੁਰਸੀਆਂ ਹੋਣ ਤਾਂ ਬੱਚੇ ਨੂੰ ਛੱਡ ਕੇ ਜਾਇਓ, ਅੰਦਰ ਤੱਕ ਤਾਂ ਤੁਹਾਨੂੰ ਜਾਣ ਹੀ ਨਹੀਂ ਦੇਣਾ, ਉਹ ਕੌਂਸਲਰ ਜੀਆਂ ਬਾਹਰੋਂ ਹੀ ਚਾਹ ਪਿਆ ਕੇ ਭੇਜ ਦਿੰਦੀਆਂ ਨੇ। ਕਲਾਸਰੂਮ ਦੇਖੋ, ਟੀਚਰਾਂ ਨੂੰ ਕਹੋ ਮਿਲਾਉਣ ਲਈ ਮਿਲੋ, ਜਦੋਂ ਤੁਸੀਂ ਪੈਸੇ ਖਰਚਣੇ ਨੇ ਪੈਸਾ ਦੇਣਾ, ਗੱਜ ਪੜਵਾਉਣਾ, ਉਹਦੇ 'ਚ ਕੋਈ ਇੱਦਾਂ ਦੀ ਸ਼ਰਮ ਵਾਲੀ ਗੱਲ ਨਹੀਂ। ਸਭ ਸਮਾਂ ਨਹੀਂ ਹੈ, ਪਰ ਇੱਕ ਚੀਜ਼ ਕਹੂੰਗਾ ਕਿ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਸੈਮੀਨਾਰ ਤੁਸੀਂ ਕਰਨ ਜਾ ਰਹੇ ਹੋ, ਪਹਿਲਾਂ ਬਠਿੰਡੇ ਆ, ਦੂਜਾ ਮੇਰੇ ਖਿਆਲ ਗੰਗਾ ਨਗਰ 6 ਤਰੀਕ ਨੂੰ, ਕੀ ਮਕਸਦ ਰਹੇਗਾ? ਲੋਕਾਂ ਨੂੰ ਬਹੁਤ ਚੰਗਾ ਲੱਗਦਾ ਜੀ, ਮੈਨੂੰ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਮਿਲਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਮਿਲਦਾ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਹੋ ਜਿਹੀ ਇੰਨੀ ਗਰਮੀ ਦੇ ਵਿੱਚ ਨਹੀਂ ਵੀ ਚੰਡੀਗੜ੍ਹ ਆ ਸਕਦੇ, ਬਟ ਮੈਂ ਆ ਜਾਂਦਾ ਤੁਹਾਡੇ ਕੋਲ ਤੁਹਾਨੂੰ ਮਿਲਣ ਲਈ। ਫਾਈਲ ਚੰਡੀਗੜ੍ਹੋ ਹੀ ਪ੍ਰੋਸੈਸ ਹੁੰਦੀ ਆ, ਫਾਈਲ ਸਾਰੀਆਂ ਮੈਂ ਖੁਦ ਬਣਾਉਂਦਾ ਵਾਂ ਜੀ, ਮੈਮ ਬਣਾਉਂਦੇ ਨੇ ਆਫਿਸ ਦੇ ਵਿੱਚ, ਹੋਰ ਕੋਈ ਵੀ ਫਾਈਲ ਨਹੀਂ ਬਣਾਉਂਦਾ। 5 ਤਰੀਕ ਨੂੰ ਜੀ ਹੋਟਲ ਸੈਪਲ, ਸ਼ੁੱਕਰਵਾਰ ਨੂੰ ਜੀ, ਬਠਿੰਡਾ ਦੇ ਵਿੱਚ, ਉਹੀ ਜੀ 11 ਤੋਂ 4 ਵਜੇ ਤੱਕ ਦਾ ਟਾਈਮ ਆ। ਇਸ ਵਾਰ ਗੰਗਾਨਗਰ ਆ ਰਹੇ ਹਾਂ ਜੀ, 6 ਤਰੀਕ ਨੂੰ ਹੋਟਲ ਹੈਗਾ ਜੀ ਪਗੋਡਾ, PAGODA, ਪਗੋਡਾ ਹੋਟਲ ਹੈ ਜੀ, ਗੋਲ ਮਾਰਕੀਟ ਦੇ ਵਿੱਚ ਆ ਉੱਥੇ। ਸੋ ਜਿਹੜੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਬਠਿੰਡਾ ਏਰੀਏ ਦੇ, ਗੰਗਾਨਗਰ ਏਰੀਏ ਦੇ, ਆਪਣੇ ਆਪ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਦੱਸ ਸਕਦੇ ਹੋ, ਇਹਦੇ ਵਿੱਚ ਮੇਰੇ ਖਿਆਲ ਨਿਊਜ਼ੀਲੈਂਡ ਔਰ ਕੈਨੇਡਾ ਦੀ ਜਾਣਕਾਰੀ ਦਿੱਤੀ ਜਾਊਗੀ। ਬਿਲਕੁਲ ਜੀ, ਨਿਊਜ਼ੀਲੈਂਡ ਐਂਡ ਕੈਨੇਡਾ ਐਂਡ ਆਸਟ੍ਰੇਲੀਆ ਆਲਸੋ ਜੀ, ਆਸਟ੍ਰੇਲੀਆ ਤੋਂ ਜਿਹੜੇ ਗੁਮਰਾਹ ਹੋਏ ਨੇ ਬੱਚੇ, ਉਹਨਾਂ ਨੂੰ ਵੀ ਅਸੀਂ ਦੱਸਾਂਗੇ, ਆਸਟ੍ਰੇਲੀਆ ਵੀ ਕਰਦੇ ਹਾਂ ਅਸੀਂ, ਬਟ ਬਹੁਤ ਵਧੀਆ ਤਰੀਕੇ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਰੈਫਲ
ਅਸੀਂ ਰਿਜ਼ਲਟ ਨਹੀਂ ਆ ਰਿਹਾ ਜਾਂ ਤੁਹਾਡੀ ਫਾਈਲ ਜਿਹੜੀ ਆਸਟ੍ਰੇਲੀਆ 'ਚ ਫਸੀ ਪਈ ਹੈ ਜਾਂ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਨੇ, ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈਗਾ ਰੈਫਰਲ ਏਜੰਸੀ ਦੇ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਸੋ ਸਭ ਮਿਹਰਬਾਨੀ ਸ਼ੁਕਰੀਆ ਸਟੂਡੀਓ ਦੇ ਵਿੱਚ ਆਏ ਤੁਸੀਂ, ਔਰ ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਨਾਲ ਕਾਫੀ ਸਮਾਂ ਗੁਜ਼ਾਰਿਆ, ਮੇਰੀ ਟੈਕਨੀਕਲ ਟੀਮ ਦਾ ਵੀ ਧੰਨਵਾਦ ਜਿਨ੍ਹਾਂ ਦੀ ਬਦੌਲਤ ਸਾਡੇ ਪ੍ਰੋਗਰਾਮ ਤੁਹਾਡੇ ਘਰਾਂ ਤੱਕ ਪਹੁੰਚਦਾ ਹੈਗਾ। ਸੋ ਸ਼ੋਅ ਇੱਥੇ ਖਤਮ ਕਰ ਰਹੇ ਹਾਂ, ਕੱਲ੍ਹ ਨੂੰ ਫਿਰ ਮਿਲਾਂਗੇ ਆਪਣੇ ਦੋਸਤ ਰਣਵੀਰ ਸਿੰਘ ਨੂੰ ਆ ਕੇ, ਤੇ ਸ਼ੁਕਰੀਆ, ਧੰਨਵਾਦ।